ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਖ਼ਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਜੀ ਮੌਜੂਦ ਨੇ। ਬੇਹੱਦ ਅਹਿਮ ਮਸਲਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ। ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋ। ਸਵਾਗਤ ਹੈ ਤੁਹਾਡਾ ਗਿੱਲ ਸਾਹਿਬ। ਥੈਂਕ ਯੂ ਸੋ ਮਚ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਭਾਈ ਗੁਰਦੇਵ ਸਿੰਘ ਕਾਂਕੇ ਹੋਰਾਂ ਦਾ ਜੋ ਐਨਕਾਊਂਟਰ ਕਹਿ ਲਈਏ ਜਾਂ ਜਿਸ ਤਰੀਕੇ ਨਾਲ ਤਸ਼ੱਦਦ ਕਰਕੇ ਜੋ ਕੁਝ ਉਹਨਾਂ ਨਾਲ ਕੀਤਾ ਗਿਆ, ਇਹ ਰਿਪੋਰਟਾਂ ਹੁਣ ਅੱਗੇ ਵੱਧ ਚੁੱਕੀਆਂ ਨੇ। ਅਕਾਲੀ ਦਲ ਨੂੰ ਸੇਖ ਜਾਂ ਸ਼੍ਰੋਮਣੀ ਕਮੇਟੀ ਤੋਂ ਵੀ ਜਵਾਬਦੇਹੀ ਜਿਹੜੀ ਆ ਉਹ ਸਮੁੱਚੇ ਸਿੱਖ ਜਗਤ ਦੇ ਵਿੱਚ ਤੈਅ ਕਰਨ ਦੇ ਲਈ ਚਰਚਾਵਾਂ ਚੱਲ ਰਹੀਆਂ। ਸ਼੍ਰੋਮਣੀ ਕਮੇਟੀ ਵਾਲਿਆਂ ਨੇ ਲਗਭਗ 3 ਦਹਾਕਿਆਂ ਬਾਅਦ ਉਸ ਪਰਿਵਾਰ ਤੱਕ ਪਹੁੰਚ ਕੀਤੀ ਆ। ਫਿਰ ਇਹ ਕਿਹਾ ਜਾ ਰਿਹਾ ਕਿ FIR ਦਰਜ ਕਰਵਾਈ ਜਾਣੀ ਚਾਹੀਦੀ ਹੈ ਉਹਨਾਂ ਮੁਲਜ਼ਮਾਂ ਦੇ ਖਿਲਾਫ਼, ਉਹਨਾਂ ਦੋਸ਼ੀਆਂ ਦੇ ਖਿਲਾਫ਼ ਜਿਨ੍ਹਾਂ ਨੇ ਸਾਰੇ ਕਾਂਡ ਨੂੰ ਅੰਜਾਮ ਦਿੱਤਾ। ਪਰ ਕੀ ਇਸ ਦੇ ਵਿੱਚੋਂ ਉਹਨਾਂ ਸਿਆਸੀ ਧਿਰਾਂ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਹੋ ਰਹੀ ਹੈ, ਖਾਸ ਕਰ ਬਾਦਲ ਸਾਹਿਬ ਦੀ ਸਰਕਾਰ, ਕੈਪਟਨ ਸਾਹਿਬ ਦੀ ਸਰਕਾਰ? ਇਹ ਸਾਰੇ ਸਵਾਲ ਲਗਾਤਾਰ ਉੱਠਦੇ ਨੇ ਕਿ ਆਖਿਰਕਾਰ ਉਸ ਮਾਮਲੇ ਦੇ ਵਿੱਚ ਜਿਵੇਂ ਬੀਪੀ ਤਿਵਾਰੀ ਨਵੇਂ ਨਵੇਂ ਖੁਲਾਸੇ ਸਾਹਮਣੇ ਆ ਰਹੇ ਨੇ ਕਿ ਉਹਨਾਂ ਨੂੰ ਕਿਵੇਂ ਇੱਕ ਕੇਸ ਵਿੱਚ ਫਸਾਇਆ ਗਿਆ ਝੂਠਾ, ਉਹ ਸਾਰਾ ਕੁਝ ਅੰਜਾਮ ਦਿੱਤਾ ਗਿਆ। ਜਿਹੜਾ ਜਥੇਦਾਰ ਕੌਂਕੇ ਵਾਲਾ ਐਪੀਸੋਡ ਆ ਨਾ, ਬੜਾ ਸੈਡਨਿੰਗ ਐਪੀਸੋਡ ਹੈਗਾ। ਉਦੋਂ ਸੈਡਨਿੰਗ ਇਹ ਹੈਗਾ ਕਿ ਜਿਸ ਤਰ੍ਹਾਂ ਅਣਗਹਿਲੀ ਕੀਤੀ ਗਈ, ਖਾਸ ਕਰਕੇ ਜਿਹੜੇ ਆਪਣੇ ਆਪ ਨੂੰ ਪੰਥਕ ਸਰਕਾਰ ਕਹਿੰਦੇ ਨੇ, ਭਾਵੇਂ ਕਿ ਉਦੋਂ ਇਹਨਾਂ ਨੇ ਆਪਣਾ ਪੰਥਕ ਚਿਹਰਾ ਬਦਲ ਲਿਆ ਸੀ 1996 ਤੋਂ ਬਾਅਦ। ਮੇਰਾ ਜ਼ਿਕਰ ਹੈਗਾ ਸ਼੍ਰੋਮਣੀ ਅਕਾਲੀ ਦਲ ਤੋਂ। ਸਾਡਾ ਕੋਈ ਇਹ ਨਹੀਂ ਗਾ ਕਿ ਸਾਡਾ ਕੋਈ ਪਰਸਨਲ ਇਹਨਾਂ ਨਾਲ ਹੈਗਾ। ਸਾਡੇ ਕਹਿਣ ਦਾ ਮਤਲਬ ਇਹ, ਕਾਂਗਰਸ ਨੇ ਤਾਂ ਸਾਡੇ 'ਤੇ ਤਸ਼ੱਦਦ ਕੀਤਾ ਹੀ ਆ, ਸੋ ਇਸ ਕਰਕੇ ਉਹਨਾਂ ਤੋਂ ਤਾਂ ਅਸੀਂ ਕੋਈ ਆਸ ਉਮੀਦ ਰੱਖਣੀ ਉਹ ਸਾਡੀ ਭੁੱਲ ਹੋਊਗੀ। ਪਰ ਜਿਹੜੇ ਸਾਡੇ ਕਹਿੰਦੇ ਸੀ ਵੀ ਅਸੀਂ ਆਪ ਸਿੱਖਾਂ ਦੇ ਮਦਈ ਹਾਂ, ਅਸੀਂ ਸਿੱਖਾਂ ਦੇ ਲੀਡਰ ਹਾਂ, ਇੱਕੋ ਇੱਕ ਨੁਮਾਇੰਦਾ ਜਮਾਤ ਹੈਗੇ ਆ, ਅੱਜ 31 ਸਾਲ ਹੋ ਗਏ ਇਸ ਇੰਸੀਡੈਂਟ ਨੂੰ ਹੋਇਆ। ਜਦਕਿ ਇਸ ਕੇਸ ਵਿੱਚ ਜਦੋਂ ਉਹਨਾਂ ਦੀ ਅਰੈਸਟ ਹੋਈ ਸੀਗੀ, ਜਦੋਂ ਪਿੰਡੋਂ ਲੈ ਕੇ ਆਏ ਆ ਉਹਨਾਂ ਨੂੰ, ਉਦੋਂ ਕਹਿ ਕੇ ਚੱਲੇ ਜਥੇਦਾਰ ਕੌਂਕੇ ਕਿ ਸ਼ਾਇਦ ਹੁਣ ਮੈਂ ਕਦੀ ਵਾਪਸ ਨਾ ਆਵਾਂ, ਕਿਉਂਕਿ ਉਹਨਾਂ ਨੂੰ 1991 ਵਿੱਚ ਵੀ ਬਹੁਤ ਤਸ਼ੱਦਦ ਹੋਇਆ ਸੀਗਾ ਸਮੇਤ ਸਿੰਘ ਸੈਣੀ ਵੱਲੋਂ, ਜਿਹਨੂੰ ਬਾਅਦ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਉਹਨਾਂ ਨੂੰ DGP ਲਾਇਆ। ਇਹ ਸਾਰੇ ਹੁਣ ਆਪਾਂ ਨੂੰ ਪਤਾ ਹੈਗਾ ਸਾਰਿਆਂ ਨੂੰ, ਮਤਲਬ ਕਿ ਇਹਨਾਂ ਨੇ ਉਹ ਕੰਟੀਨਿਊਟੀ ਰੱਖੀ ਉਹਨਾਂ ਆਫਿਸਰਸ ਦੀ ਜਿਹੜੇ ਅਕਿਊਜ਼ਡ ਸੀਗੇ ਅਤੇ ਜਿਨ੍ਹਾਂ 'ਤੇ ਦੋਸ਼ ਲੱਗਦੇ ਸੀ ਕਿ ਇਹਨਾਂ ਨੇ ਬਹੁਤ ਵੱਡੇ ਪੱਧਰ 'ਤੇ ਸਿੱਖ ਨੌਜਵਾਨੀ ਦਾ ਘਾਣ ਕੀਤਾ ਹੈਗਾ, ਚਾਹੇ ਅਜ਼ਹਾਰ ਆਲਮ ਸੀਗਾ, ਚਾਹੇ ਸਮੇਤ ਸੈਣੀ ਸੀ, ਚਾਹੇ ਜਿਹੜੇ ਇਹਨਾਂ ਦੇ ਕੇਸ ਵਿੱਚ ਜਥੇਦਾਰ ਕੌਂਕੇ ਦੇ ਕੇਸ ਵਿੱਚ DSP ਕਮਲਜੀਤ ਸੀ, ਜਿਹੜੇ ਬਾਅਦ 'ਚ ਇਹਨਾਂ ਦੇ ਜਦੋਂ ਇਹਨਾਂ ਦੀ ਹਕੂਮਤ ਸੀ ਉਹ SSP ਬਣੇ ਵਿਜੀਲੈਂਸ ਦੇ, ਉਹਨਾਂ ਨੇ ਮਤਲਬ ਕਿ ਇਹਨਾਂ ਨੇ ਸਾਰਿਆਂ ਦੀ ਉਹਨਾਂ ਦੀ ਕੰਟੀਨਿਊਟੀ ਰੱਖੀ। ਈਵਨ ਕਿ ਜਿਹੜੇ ਸਵਰਨ ਸਿੰਘ ਘੋਟਨਾ ਹੈਗਾ ਉਹਨਾਂ ਨੂੰ 1 ਸਾਲ ਦੀ ਐਕਸਟੈਂਸ਼ਨ ਦਿੱਤੀ ਗਈ ਸੀ ਉਹਨਾਂ ਦੇ ਰਿਟਾਇਰਮੈਂਟ ਤੋਂ ਬਾਅਦ ਵੀ, ਇਸ ਇੰਸੀਡੈਂਟ ਤੋਂ ਬਾਅਦ। ਮਤਲਬ ਇਹ ਜਿਹੜਾ ਸਾਰਾ ਹੁਣ ਜਿਸ ਤਰ੍ਹਾਂ ਕੱਲ੍ਹ SGPC ਦਾ ਟੀਮ ਜਿਹੜੀ ਹੈਗੀ ਆ ਉਹ ਜਥੇਦਾਰ ਕੌਂਕੇ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਆਏ ਹੈਗੇ ਆ, ਇਹ ਵੀ ਟੂ ਲਿਟਲ ਟੂ ਲੇਟ ਆ। ਪਰ ਗੱਲ ਇਹਨਾਂ ਨੂੰ ਪਹਿਲੇ ਕਰਨਾ ਚਾਹੀਦਾ ਕਿ FIR ਦਰਜ ਕਿਵੇਂ ਕਰਾਉਣੀ ਆ, ਉਸ ਪ੍ਰਕਿਰਿਆ ਵੱਲ ਵਧਣਾ ਚਾਹੀਦਾ ਵੀ ਕੀ ਇਹਨਾਂ ਨੇ ਲੀਗਲ ਐਡਵਾਈਸ ਲਈ ਹੈਗੀ ਕਿ ਕੀ ਕੋਰਟ ਵਿੱਚ ਜਾਣਾ ਪਊਗਾ ਦੁਬਾਰਾ, ਕਿ ਇਸ ਤਰ੍ਹਾਂ ਡਾਇਰੈਕਟ FIR ਜਗਰਾਓਂ ਥਾਣੇ ਵਿੱਚ ਰਜਿਸਟਰ ਹੋ ਜੂਗੀ। ਮਤਲਬ ਕਿ ਇਹਨਾਂ ਨੇ ਇਹ ਹੁਣ ਇਹਨਾਂ ਨੂੰ ਕੇਸ ਦਿੱਤਾ ਵੀ ਤਾਂ ਹੀ ਗਿਆ ਹੈਗਾ
ਕਿ ਇਹ ਇੱਕ ਔਰਗਨਾਈਜ਼ਡ ਸੰਸਥਾ ਹੈਗੀ ਆ ਸਿੱਖ ਕੌਮ ਦੀ, ਸੋ ਇਹਨਾਂ ਵੱਲੋਂ ਜੇ ਮੁੱਦਾ ਉਠਾਇਆ ਜਾਊਗਾ ਉਹਦਾ ਵਜ਼ਨ ਜ਼ਿਆਦਾ ਹੋਊਗਾ, ਜੇ ਕੋਈ ਇੰਡੀਵਿਜੁਅਲ ਜਾਂ ਕੋਈ ਹਿਊਮਨ ਰਾਈਟਸ ਆਰਗਨਾਈਜੇਸ਼ਨ ਇਹ ਗੱਲ ਉਠਾਉਂਦੀ ਤਾਂ ਉਹਨੂੰ ਸੁਣਿਆ ਨਹੀਂ ਸੀ ਜਾਣਾ, ਕਿਉਂਕਿ ਉਹਨਾਂ ਦੀ ਗੱਲ ਪਹਿਲੇ ਵੀ ਨਹੀਂ ਸੁਣੀ ਗਈ, ਉਹ ਕਾਫੀ ਚਿਰ ਤੋਂ ਇਸ ਕੇਸ ਬਾਰੇ ਜ਼ਿਕਰ ਕਰ ਰਹੇ ਸੀਗੇ। ਪਰ ਜਿਸ ਤਰ੍ਹਾਂ ਦੇ ਇੰਸੀਡੈਂਟਸ ਸਾਹਮਣੇ ਆਏ ਆ ਕਿ ਜਿਸ ਤਰ੍ਹਾਂ ਉਹਨਾਂ ਨਾਲ ਇੰਨਾ ਅੰਨਾ ਤਸ਼ੱਦਦ ਕਰਕੇ, ਜਿਹੜੇ ਹੁਣ ਜਿਹੜੇ ਗਵਾਹ ਦੀ ਆ ਰਹੀ ਆ ਵਾਰ ਵਾਰ ਇੰਟਰਵਿਊਸ ਆ ਰਹੀਆਂ ਨੇ, ਦਰਸ਼ਨ ਸਿੰਘ ਜਿਹੜੇ ਉਦੋਂ ਸਿਪਾਹੀ ਸੀਗੇ ਤੇ ਉਹਨਾਂ ਨੇ ਜ਼ਿਕਰ ਵੀ ਪਹਿਲੀ ਵਾਰੀ ਸਾਡੇ ਮੁਤਲਕ ਕੋਈ ਸਮਾਗਮ ਰੱਖਿਆ ਹੋਇਆ ਸੀ ਲੁਧਿਆਣੇ 1998 ਦੇ ਵਿੱਚ, ਉੱਥੇ ਉਹਨਾਂ ਨੇ ਪਹਿਲੀ ਵਾਰੀ ਜ਼ਿਕਰ ਕੀਤਾ ਸੀ ਉਸ ਨੇ ਆਪਣੀ ਗਵਾਹੀ ਦਾ, ਤੇ ਉਸ ਤੇ ਜਸਟਿਸ ਬੈਂਸ ਵੀ ਪ੍ਰੈਜੈਂਟ ਸੀਗੇ ਉਸ ਸਮਾਗਮ ਦੇ ਵਿੱਚ, ਸਰ ਸਿਮਰਨਜੀਤ ਸਿੰਘ ਮਾਨ ਵੀ ਸੀਗੇ, ਭਾਈ ਜਸਵੀਰ ਸਿੰਘ ਰੋਡੇ ਵੀ ਸੀਗੇ ਤੇ ਬੀਬੀ ਬੁਲਾਰਾ ਵੀ ਸੀ ਜਿਹੜੇ ਮੈਂਬਰ ਪਾਰਲੀਮੈਂਟ ਲੁਧਿਆਣੇ ਤੋਂ ਰਹਿ ਚੁੱਕੇ ਨੇ, ਤੇ ਹੋਰ ਵੀ ਬਹੁਤ ਪਤਵੰਤੇ ਸੱਜਣ ਸੀਗੇ ਉਸ ਸਮਾਗਮ ਦੇ ਵਿੱਚ ਜਿਹੜਾ ਸਾਡੇ ਰਿਹਾਈ ਲਈ ਤਾਂ ਸਾਡੀ ਯਾਦ ਵਿੱਚ ਕੀਤਾ ਗਿਆ ਸੀਗਾ। ਉਦੋਂ ਮੈਂ ਅਮੈਰੀਕਾ ਦੀ ਜੇਲ੍ਹ ਵਿੱਚ ਬੰਦ ਸੀਗਾ, ਉਦੋਂ ਸਾਨੂੰ 11 ਸਾਲ ਹੋ ਗਏ ਸੀਗੇ ਅਰੈਸਟ ਹੋਇਆਂ ਨੂੰ। ਉੱਥੇ ਇਹਨਾਂ ਨੇ ਜਦੋਂ ਜ਼ਿਕਰ ਕੀਤਾ, ਇਹਨਾਂ ਨੂੰ ਪੁਲਿਸ ਫੜਨ ਆਈ ਹੈਗੀ ਲੁਧਿਆਣੇ ਦੀ ਵੀ ਤੇ ਜਗਰਾਉਣ ਦੀ, ਪਰ ਉਦੋਂ ਉਹਨਾਂ ਨੇ ਜਸਟਿਸ ਬੈਂਸ ਉਹਨਾਂ ਨੇ ਇਹਨੂੰ ਸੇਫਲੀ ਉੱਥੋਂ ਕੱਢ ਲਿਆ ਸੀਗਾ। ਇਹਨੇ ਫਿਰ ਜਿਹੜੀ ਜਾ ਕੇ ਰਾਮ ਨਾਰਾਇਣ ਕੁਮਾਰ ਨੇ ਕਿਤਾਬ ਲਿਖੀ ਹੈ, ਬਹੁਤ ਨੋਨ ਹਿਊਮਨ ਰਾਈਟਸ ਐਕਟੀਵਿਸਟ ਸੀਗਾ, ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈਗੀ ਆ, ਉਹਨਾਂ ਕੋਲੇ ਇਹਨੇ ਆਪਣੇ ਬਿਆਨ ਦਰਜ ਵੀ ਕਰਾਏ ਸੀ, ਉਹਨਾਂ ਦੀ ਬੁੱਕ ਵਿੱਚ ਉਹ ਬਿਆਨ ਲਿਖੇ ਗਏ ਨੇ ਜਿਹੜੇ ਕਿ ਬਹੁਤ ਪੁਖਤਾ ਬਿਆਨ ਸੀਗੇ। ਪਰ ਬਾਅਦ 'ਚ ਜਦੋਂ ADGP ਤਿਵਾੜੀ ਦੀ ਇਨਵੈਸਟੀਗੇਸ਼ਨ ਹੋਈ ਹੈਗੀ ਆ, ਉਦੋਂ ਇਹ ਆਪਣੇ ਬਿਆਨਾਂ ਤੋਂ ਮੁੱਕਰ ਗਏ ਸੀਗੇ, ਜਿਹੜੇ ਗੱਲ ਇਹ ਹੁਣ ਕਰ ਰਹੇ ਹੈਗੇ। ਪਰ ਉਸ ਦੇ ਬਾਵਜੂਦ ਵੀ ਜਿਹੜੀ ਰਾਮ ਨਾਰਾਇਣ ਕੁਮਾਰ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ ਉਹ ਇਹ ਹੋਇਆ ਕਿ ਉਹ ਥੋੜ੍ਹਾ ਚਿਰ ਬਾਅਦ ਉਹਨਾਂ ਦੀ ਡੈਥ ਹੋ ਗਈ, ਨਹੀਂ ਉਹਨਾਂ ਕੋਲੇ ਸਾਰੀ ਪੁਖਤਾ ਪੈਰਵਾਈ ਸੀਗੀ ਇਸ ਕੇਸ ਦੀ, ਜਿਹੜੇ ਕਿ ਨੋਨ ਹਿਊਮਨ ਰਾਈਟਸ ਐਕਟੀਵਿਸਟ ਹੋਇਆ ਜਦੋਂ ਪੀਪਲਸ ਕਮਿਸ਼ਨ ਪੰਜਾਬ 'ਚ ਬਣਿਆ ਹੈਗਾ ਡਿਊਰਿੰਗ ਦਾ ਰਜੀਮ ਆਫ ਪਹਿਲੀ ਵਾਰੀ ਜਦੋਂ ਸਰ ਪ੍ਰਕਾਸ਼ ਸਿੰਘ ਬਾਦਲ 1997 ਵਿੱਚ ਜਦੋਂ ਆਪਾਂ ਗਵਰਨਮੈਂਟ ਵਿੱਚ ਆਏ ਨੇ, ਉਸ ਕਰਕੇ ਜਿਹੜਾ ਸੀਗਾ ਇਹਨਾਂ ਤੋਂ ਆਪਾਂ ਨੂੰ ਬਹੁਤ ਤਵੱਕੋ ਸੀਗੀ ਕਿ ਇਹ ਜਿਹੜੇ ਹੈਗੇ ਆ ਇਹ ਆਪਣੇ ਕੇਸ ਦੀ ਜਿਹੜੇ ਜਥੇਦਾਰ ਕੌਂਕੇ ਦੀ ਇੰਨੀ ਪੀੜ ਹੈਗੀ ਆ ਉਹਨੂੰ ਸਮਝਣਗੇ ਤੇ ਇਹ ਇਹਦੇ 'ਤੇ ਤੁਰੰਤ ਕਾਰਵਾਈ ਕਰਨਗੇ, ਕਿਉਂਕਿ ਜਸਟਿਸ ਬੈਂਸ ਹੁਣੀ ਸਰ ਪ੍ਰਕਾਸ਼ ਸਿੰਘ ਬਾਦਲ ਨੂੰ 98 'ਚ ਮਿਲੇ ਹੈਗੇ ਆ, ਉਹਨਾਂ ਨੇ ਸਾਰੇ ਸਬੂਤ ਰੱਖੇ ਉਹਨਾਂ ਕੋਲੇ, ਤੇ ਉਹਨਾਂ ਨੂੰ ਕਿਉਂਕਿ ਸਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਜਥੇਦਾਰ ਕੌਂਕੇ ਫੜੇ ਗਏ ਆ ਤਾਂ ਉਦੋਂ ਪਿੰਡ ਵਾਲਿਆਂ ਨੇ ਸਰ ਪ੍ਰਕਾਸ਼ ਸਿੰਘ ਬਾਦਲ ਨੂੰ ਅਪਰੋਚ ਕੀਤਾ ਸੀਗਾ, ਲੁਧਿਆਣੇ ਸੀਗੇ, ਇਹਨਾਂ ਨੇ ਉਦੋਂ SSP ਸਰਨ ਸਿੰਘ ਨੂੰ ਫੋਨ ਵੀ ਕੀਤਾ ਹੈਗਾ, ਪਰ ਉਹਦੇ 'ਚ ਵੀ ਇਹਨਾਂ ਨੇ ਇਹ ਜ਼ਿਕਰ ਨਹੀਂ ਕੀਤਾ ਵੀ ਇਹਨਾਂ ਨੂੰ ਕਿਉਂ ਤੁਸੀਂ ਗਲਤ ਫੜਿਆ ਹੋਇਆ, ਸਿਰਫ ਇੰਨਾ ਇਹਨਾਂ ਨੇ ਕਿਹਾ ਜੋ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਸਾਫ਼ ਕੱਪੜੇ ਦਿਓ ਅਤੇ ਇਹਨਾਂ ਨੂੰ ਘਰ ਦੀ ਰੋਟੀ ਖਾਣ ਦਿਓ, ਕਿਉਂਕਿ ਹੋਰ ਉਹ ਕਿਸੇ ਦੀ ਰੋਟੀ ਖਾਂਦੇ ਨਹੀਂ ਸੀਗੇ ਹੱਥ ਲੱਗੀ ਹੋਈ, ਉਹਨਾਂ ਤੋਂ ਪਹਿਲੇ ਤੋਂ ਹੀ ਉਹਨਾਂ ਦੇ ਅਸੂਲ ਸੀਗੇ। ਇਸ ਕਰਕੇ ਇਹਨਾਂ ਤੋਂ ਤੱਕੋ ਸੀ ਵੀ ਇਹਨਾਂ ਨੂੰ ਇਸ ਕੇਸ ਬਾਰੇ ਜਾਣਕਾਰੀ ਸੀ, ਫਿਰ ਇਹ ਉਹਨਾਂ ਦੇ ਭੋਗ 'ਤੇ ਵੀ ਗਏ ਹੈਗੇ ਆ, ਪਰ ਪੁਲਿਸ ਨੇ ਇਹਨਾਂ ਨੂੰ ਜਾਣ ਨਹੀਂ ਸੀ ਦਿੱਤਾ ਗਾ ਸਰ ਪ੍ਰਕਾਸ਼ ਸਿੰਘ ਬਾਦਲ ਨੂੰ। ਸੋ ਇਸ ਕਰਕੇ ਇਹਨਾਂ ਕੋਲੇ ਤਾਂ ਸਾਰੀ ਇੰਟਰੋਡਕਸ਼ਨ ਸੀਗੀ ਇਸ ਕੇਸ ਦੀ, ਉਸ ਦੇ ਬਾਵਜੂਦ ਵੀ ਇਹਨਾਂ ਨੇ ਜਦੋਂ ADGP ਤਿਵਾੜੀ ਨੇ ਆਪਣੀ ਰਿਪੋਰਟ 99 'ਚ ਇਹਨਾਂ ਕੋਲੇ ਸਬਮਿਟ ਕਰਤੀ, ਉਦੋਂ ਇਹਨਾਂ ਕੋਲੇ ਅਜੇ 3 ਸਾਲ ਗਵਰਨਮੈਂਟ ਦੇ ਰਹਿੰਦੇ ਸੀਗੇ, ਪਰ ਇਹਨਾਂ ਨੇ ਉਸ ਰਿਪੋਰਟ ਨੂੰ ਵੀ ਉਲਝਾ ਲਿਆ
ਤੇ ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਨੇ ADGP ਤਿਵਾੜੀ ਨੂੰ ਵੀ ਉਲਝਾ ਲਿਆ ਇੱਕ ਮੌਲ ਸਟੇਸ਼ਨ ਦੇ ਕੇਸ ਦੇ ਵਿੱਚ। ਉਹ ਬਾਅਦ ਦੇ ਵਿੱਚ ਉਹਦੇ 'ਚ ਉਹ ਬਰੀ ਹੋਏ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਕਿ ਉਹ ਕੇਸ ਬਿਲਕੁਲ ਝੂਠਾ ਸੀਗਾ, ਪਰ ਉਹਨਾਂ ਨੂੰ 1.5-2 ਸਾਲ ਉਹਦੇ ਵਿੱਚ ਉਲਝਾਈ ਰੱਖਿਆ ਕਿ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਸਜ਼ਾ ਦੇ ਰਹੀ ਸੀ ਵੀ ਉਹਨਾਂ ਨੇ ਇੰਨੀ ਪੁਖਤਾ ਇਨਵੈਸਟੀਗੇਸ਼ਨ ਕਿਉਂ ਕੀਤੀ ਹੈ ਜਿਹਦੇ 'ਚ ਪੁਲਿਸ ਵਾਲੇ ਅਤੇ ਡਾਇਰੈਕਟ ਐਵੀਡੈਂਸ ਸੀਗਾ। ਉਹਨਾਂ ਨੇ ਇਹ ਨਹੀਂ ਲਿਖਿਆ ਸੀ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ, ਪਰ ਉਹਨਾਂ ਨੇ ਆਲਮੋਸਟ ਕੰਕਲੂਸਿਵਲੀ ਇੱਥੇ ਲਿਆਤਾ ਸੀਗਾ ਕਿ ਉੱਥੋਂ ਉਹ ਜਿਹੜੀ ਇਹ ਸਟੋਰੀ ਪੁਲਿਸ ਵੱਲੋਂ ਦੱਸੀ ਜਾ ਰਹੀ ਭੱਜਣ ਦੀ, ਉਹ ਸਟੋਰੀ ਠੀਕ ਨਹੀਂ ਹੈਗੀ, ਉਹ ਕੰਟਰਾਡਿਕਸ਼ਨ ਸੀਗੀਆਂ ਉਹਦੇ ਵਿੱਚ। ਇਸ ਚੀਜ਼ ਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਅਕਾਲੀ ਦਲ ਦੀ ਸਰਕਾਰ ਅੱਗੇ, ਕਿਉਂਕਿ ਸੈਕਿੰਡ ਟਰਮ ਜਦੋਂ ਆਏ ਨੇ 2007 ਵਿੱਚ, ਉਦੋਂ ਡਿਪਟੀ ਜਿਹੜੇ ਚੀਫ ਮਿਨਿਸਟਰ ਆਫ ਸਰ ਸੁਖਬੀਰ ਸਿੰਘ ਬਾਦਲ ਸੀਗੇ, ਉਸੇ ਨਾਲ ਹੀ ਉਸੇ ਦੌਰਾਨ ਇਹ ਹੋਮ ਮਿਨਿਸਟਰ ਵੀ ਸੀਗੇ। ਸੋ ਇਹਨਾਂ ਕੋਲ ਵੀ ਤਕੀਦ ਕੀਤੀ ਗਈ ਸੀ ਕਿ ਉਸ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਕਿਸੇ ਤਰ ਪੱਤਨ ਲਾਓ, ਪਰ ਇਹਨਾਂ ਨੇ ਵੀ ਇਸ ਤੇ ਉਸ ਤੋਂ ਬਾਅਦ 10 ਸਾਲ ਇਹਨਾਂ ਦੀ ਸਰਕਾਰ ਰਹੀ ਆ, ਇਹਨਾਂ ਨੇ ਉਸ ਤੇ ਗੌਰ ਕਰਨ ਦੀ ਬਜਾਏ ਜਿਹੜੇ ਕਿ ਆਫਿਸਰਸ ਜਥੇਦਾਰ ਕੌਂਕੇ ਤੇ ਤਸ਼ੱਦਦ ਕਰਦੇ ਰਹੇ ਨੇ ਪਹਿਲੇ ਵੀ, ਉਹਨਾਂ ਨੂੰ ਇਹਨਾਂ ਨੇ ਉੱਚ ਅਹੁਦਿਆਂ ਦੇ ਨਾਲ ਨਿਵਾਜਿਆ, ਉਹਨਾਂ ਨੂੰ ਆਪਣੀਆਂ ਪਲੰਬ ਪੋਸਟਿੰਗਸ ਦਿੱਤੀਆਂ, ਉਹਨਾਂ ਦੇ ਘਰ ਵਾਲਿਆਂ ਨੂੰ ਟਿਕਟਾਂ ਦਿੱਤੀਆਂ, ਉਹਨਾਂ ਨੂੰ MLA ਬਣਵਾਇਆ ਮਲੇਰਕੋਟਲੇ ਤੋਂ। ਇਸ ਲਈ ਇਹਨਾਂ 'ਤੇ ਸਾਡਾ ਰੋਸ ਜ਼ਿਆਦਾ ਹੈਗਾ। ਇਹ ਤਾਂ ਹੁਣ ਇਹਨਾਂ ਨੂੰ ਮਜਬੂਰੀ ਬਸ SGPC ਨੂੰ ਇਹ ਕੇਸ ਚੱਕਣਾ ਪਿਆ ਹੈਗਾ, ਪਰ ਮੈਂ ਹਜੇ ਵੀ ਆਸਾਬੰਦ ਹੈਗਾ ਕਿ ਹੁਣ SGPC ਇਹਨੂੰ ਸੁਹਿਰਦਤਾ ਨਾਲ ਲਵੇ ਇਸ ਕੇਸ ਨੂੰ, ਅਤੇ ਆਪ ਜਿਹੜੇ SGPC ਦੇ ਪ੍ਰੈਜੀਡੈਂਟ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹਨਾਂ ਨੂੰ ਆਪ ਅੱਗੇ ਲੱਗਣਾ ਚਾਹੀਦਾ ਹੈਗਾ, ਅਤੇ ਆਪ ਕਿਉਂਕਿ ਉਹ ਐਡਵੋਕੇਟ ਵੀ ਨੇ ਅਤੇ ਉਹਨਾਂ ਨੂੰ ਆਪ ਕਰ ਤਫਤੀਸ਼ ਦਾ ਸਾਰਾ ਜ਼ਿੰਮੇਵਾਰੀ ਉਹਨਾਂ ਨੂੰ ਲੈਣੀ ਚਾਹੀਦੀ ਆ, ਤਾਂ ਕਿ ਇਸ ਕੇਸ ਦਾ ਕਿਸੇ ਤਰ੍ਹਾਂ ਆਪਾਂ ਕੇਸ ਰਜਿਸਟਰ ਤਾਂ ਕਰਾਈਏ ਪਹਿਲੇ। ਇਹ ਸਾਰਿਆਂ ਨਾਲੋਂ ਪਹਿਲਾ ਸਟੈਪ ਹੋਊਗਾ, ਕਿਉਂਕਿ ਹਜੇ ਤੱਕ ਤਾਂ ਜਗਰਾਓਂ ਪੁਲਿਸ ਨੂੰ ਜੋ ਮੇਰੀ ਜਾਣਕਾਰੀ ਉਹਨਾਂ ਨੂੰ ਅਪਰੋਚ ਨਹੀਂ ਕੀਤਾ ਗਿਆ। ਗਿੱਲ ਸਾਹਿਬ, ਇਹ ਹੁਣ ਜਿਵੇਂ ਤੁਸੀਂ ਕਿਹਾ ਕਿ ਕੇਸ ਦਰਜ ਕਰਵਾ ਦਿੱਤਾ ਜਾਏ, ਕਈ ਇਹਦੇ ਵਿੱਚ ਜਿਹੜੇ ਮੇਨ ਮੁਲਜ਼ਮ ਸੀਗੇ ਉਹ ਤੇ ਹੁਣ ਇਸ ਦੁਨੀਆਂ ਤੇ ਨਹੀਂ ਰਹੇ, ਕੇਸ ਦਰਜ ਕਰਵਾਉਣ ਦਾ ਮਤਲਬ ਕਿ ਧਿਆਨ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਰਕਾਰ ਤੇ ਪ੍ਰੈਸ਼ਰ ਬਣਾਇਆ ਜਾਏਗਾ, ਪੁਲਿਸ ਦੇ ਉੱਤੇ ਸਾਰਾ ਚਿੱਕੜ ਸੁੱਟਿਆ ਜਾਏਗਾ, ਜਦਕਿ ਜਿਹੜੀ ਸਿਆਸੀ ਭੂਮਿਕਾ ਹੈ ਬਾਦਲ ਪਰਿਵਾਰ ਤੇ ਤਾਂ ਸਵਾਲ ਉੱਠਦੇ ਹੀ ਉੱਠਦੇ ਨੇ ਨਾ ਕਿ ਹੁਣ ਉਹ ਮਾਫ਼ੀ ਮੰਗ ਰਹੇ ਨੇ, ਕਿੱਥੋਂ ਤੱਕ ਮਾਫ਼ੀ ਮੰਗੀ ਜਾਏਗੀ ਇਸ ਤਰੀਕੇ ਦੇ ਨਾਲ, ਪਤਾ ਨੀ ਕਿੰਨੇ ਕੁ ਕੇਸ ਨਿਕਲ ਨਿਕਲ ਕੇ ਸਾਹਮਣੇ ਆਉਣਗੇ ਕਿ ਇਕੱਲੇ ਇਕੱਲੇ ਕੇਸ ਤੇ ਮਾਫ਼ੀ ਮੰਗੀ ਜਾਏਗੀ, ਤੇ ਕੀ ਉਹਨਾਂ ਦੀ ਮਾਫ਼ੀ ਨੂੰ ਹੁਣ ਕਿਸ ਢੰਗ ਨਾਲ ਕਬੂਲ ਕੀਤਾ ਜਾਏਗਾ ਕਿ ਮੰਨਿਆ ਜਾਣਾ ਚਾਹੀਦਾ ਹੈ ਜਾਂ ਨਹੀਂ ਮੰਨਿਆ ਜਾਣਾ ਚਾਹੀਦਾ, ਜਿਸ ਤਰੀਕੇ ਦੇ ਨਾਲ ਜੋ ਉਹਨਾਂ ਦੇ ਰਾਜ ਦੇ ਦੌਰਾਨ ਹੋਇਆ ਸਿੱਖ ਮਸਲਿਆਂ ਨੂੰ ਲੈ ਕੇ ਖਾਸ ਕਰ। ਕੱਲ ਕਾਫੀ ਸਿੱਖ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਅੰਮ੍ਰਿਤਸਰ ਦੇ ਵਿੱਚ, ਤੇ ਉੱਥੇ ਭਾਈ ਮੋਹਕਮ ਸਿੰਘ ਹੁਣਾਂ ਨੇ ਇਹ ਮੰਗ ਕੀਤੀ ਆ ਕਿ ਇਸ ਕੇਸ ਵਿੱਚ ਕਾਰਵਾਈ ਨਾ ਕਰਨ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਵੇ ਤੇ ਉਹਨਾਂ ਤੋਂ ਪੁੱਛਿਆ ਜਾਵੇ ਵੀ ਕੀ ਕਾਰਨ ਸੀ ਇਹਦੇ ਮਗਰ, ਤਾਂ ਕਿ ਉਹਨਾਂ ਨੂੰ ਅਹਿਸਾਸ ਤਾਂ ਹੋਵੇ ਨਾ, ਕਿਉਂਕਿ ਹਜੇ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸ ਕੇਸ ਬਾਰੇ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੈਸ ਸਟੇਟਮੈਂਟ ਨਹੀਂ ਦਿੱਤੀ ਹੈਗੀ। ਸੋ ਇਹ ਵੀ ਇਹ ਮੁੱਖ ਮੰਗ ਕੱਲ ਉੱਠੀ ਹੈਗੀ ਆ, ਉੱਥੇ ਹੋਰ ਵੀ ਸੈਵਰਲ ਅਦਰ ਲੀਡਰਸ ਵੀ ਪ੍ਰੈਜੈਂਟ ਸੀਗੇ,
ਤੇ ਉਹਨਾਂ ਸਾਰਿਆਂ ਨੇ ਇਹ ਮੰਗ ਉਠਾਈ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਵੀ ਕੀਤੀ ਹੈਗੀ ਆ ਵੀ ਉਹਨਾਂ ਨੂੰ ਤਲਬ ਕੀਤਾ ਜਾਵੇ ਜਾਂ ਉਹ ਆਪਣੇ ਆਪ ਆ ਕੇ ਉੱਥੇ ਐਕਸਪਲੇਨ ਕਰਨ ਅਕਾਲ ਤਖਤ ਸਾਹਿਬ ਦੇ, ਕਿਉਂਕਿ ਹੁਣ ਵੀ ਜਿਹੜੀ ਉਹ ਕਹਿ ਰਹੇ ਆ ਕਿ ਮੈਂ ਮਾਫ਼ੀ ਮੰਗੀ ਹੈਗੀ ਆ ਕੌਮ ਤੋਂ, ਉਹ ਉਹਨਾਂ ਨੇ ਇੱਕ ਡਿਫਰੈਂਟ ਫੰਕਸ਼ਨ 'ਚ ਮੰਗੀ ਹੈਗੀ ਆ। ਉਹਦਾ ਅਕਾਲ ਤਖ਼ਤ ਦੀ ਹਦੂਦ ਵਿੱਚ ਜ਼ਰੂਰ ਸੀਗਾ, ਪਰ ਜੇ ਤੁਸੀਂ ਕਹੋ ਵੀ ਸਮੂਹਿਕ ਰੂਪ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆ ਕੇ ਉਹਨਾਂ ਨੇ ਕੋਈ ਸਟੇਟਮੈਂਟ ਦਿੱਤੀ ਆ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਉਹ ਮਿਸਲੀਡ ਕੀਤਾ ਜਾ ਰਿਹਾ ਸਿੱਖ ਕੌਮ ਨੂੰ ਤੇ ਲੋਕਾਂ ਨੂੰ ਵੀ। ਇਸ ਕਰਕੇ ਉਹਨਾਂ ਨੇ ਬਹੁਤ ਉਹਨਾਂ ਨੇ ਪੁਖਤਾ ਨਾਲ ਕੱਲ ਭਾਈ ਮੋਹਕਮ ਸਿੰਘ ਨੇ ਇਹ ਮਤਲਬ ਕਿ ਜ਼ੋਰਦਾਰ ਅਪੀਲ ਵੀ ਕੀਤੀ ਹੈਗੀ ਆ। ਬਿਲਕੁਲ, ਚਾਹੀਦਾ ਤਾਂ ਇਹ ਹੈ ਨਾ ਕਿ ਸਮੁੱਚੇ ਅਕਾਲੀ ਦਲ ਨੂੰ ਇੱਕ ਵਾਰੀ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਾਰਿਆਂ ਨੂੰ ਬੁਲਾਇਆ ਜਾਵੇ। ਹੁਣ ਇਹ ਨੇੜੇ ਨੇੜੇ ਲੱਗਣ ਦੀਆਂ ਜਿਹੜੀਆਂ ਗੱਲਾਂ ਅੱਗੇ ਤੁਰ ਰਹੀਆਂ, ਗਿੱਲ ਸਾਹਿਬ ਤੁਸੀਂ ਦੇਖਿਆ ਕਿ ਦਿੱਲੀ ਦੇ ਵਿੱਚ ਜਾ ਕੇ ਮਨਜੀਤ ਸਿੰਘ ਜੀਕੇ ਨੂੰ ਪਾਰਟੀ ਸ਼ਾਮਿਲ ਕਰਾਇਆ ਜਾਂਦਾ, ਤੇ ਉੱਥੇ ਇਹ ਵੀ ਇਸ ਗੱਲ ਦਾ ਮੈਂ ਬਾਕੀ ਇਹਨਾਂ ਦੇ ਪ੍ਰੈਸ ਨੋਟ ਪਿਛਲੇ ਦਿਨਾਂ ਦੇ ਜਿਹੜੇ ਪੜ੍ਹ ਰਿਹਾ ਸੀਗਾ ਉਹ ਤੋਂ ਜ਼ਿਕਰ ਕੀਤਾ ਸੀ ਕਿ ਅਸੀਂ ਦੇਸ਼ ਪੱਧਰ ਦੇ ਵਿੱਚ ਅਕਾਲੀ ਦਲ ਦੀਆਂ ਇਕਾਈਆਂ ਖੜੀਆਂ ਕਰਾਂਗੇ, ਅਕਾਲੀ ਦਲ ਦਾ ਢਾਂਚਾ ਖੜਾ ਕਰਾਂਗੇ। ਏਦਾਂ ਸਮਝ ਲਈਏ ਕਿ ਮਹਾਰਾਸ਼ਟਰ ਤੋਂ ਲੈ ਕੇ ਇੱਧਰ ਪੰਜਾਬ ਤੱਕ, ਹੋਰ ਵੱਖੋ ਵੱਖਰੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਕਹਿ ਲਓ ਕਿ ਇਹ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਕਰਦੇ ਨੇ, ਪਰ ਜਿਹੜਾ ਕੁਝ ਉਹਦੀਆਂ ਜੜ੍ਹਾਂ ਦੇ ਵਿੱਚ ਚੱਲ ਚੁੱਕਿਆ ਆ, ਉਹਦੇ ਬਾਰੇ ਜਵਾਬ ਕਿੱਥੇ ਦਿੱਤਾ ਜਾਏਗਾ। ਹੁਣ ਮਨਜੀਤ ਸਿੰਘ ਜੀ ਕੇ ਆ ਗਏ, ਪਰ ਜਿਹੜੇ ਇਲਜ਼ਾਮ ਨੇ ਉਹ ਵੀਡੀਓਜ਼ ਅੱਜ ਵੀ ਸੋਸ਼ਲ ਮੀਡੀਆ ਤੇ ਪਈਆਂ ਨੇ, ਉਹਨਾਂ ਬਾਰੇ ਅਕਾਲੀ ਦਲ ਬਾਦਲਾਂ ਦਾ ਜਾਂ ਮਨਜੀਤ ਸਿੰਘ ਜੀਕੇ ਦਾ ਇੱਕ ਦੂਜੇ ਦੇ ਖਿਲਾਫ਼ ਜੋ ਬੋਲਿਆ ਗਿਆ ਗੋਲਕਾ ਨੂੰ ਲੈ ਕੇ, ਜੋ ਮਨਜਿੰਦਰ ਸਿੰਘ ਸਿਰਸਾ ਜਾਂ ਸਰਨਾ ਸਾਹਿਬ ਹੋਰ ਇੱਕ ਦੂਜੇ ਸਵਾਲ ਚੁੱਕੇ ਗਏ, ਉਹਨਾਂ ਬਾਰੇ ਕੀ ਕਿਹਾ ਜਾਏਗਾ। ਫਿਰ ਦੂਜੀ ਗੱਲ, ਹੁਣ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ 5 ਮੈਂਬਰੀ ਕਮੇਟੀ ਬਣਾ ਤੀ, ਉਹ ਕਮੇਟੀ ਅੱਗੇ ਇਹਨਾਂ ਨਾਲ ਗੱਲਬਾਤ ਕਰੇਗੀ ਜਾਂ ਕੀ ਰਾਬਤਾ ਉਹਨਾਂ ਨੇ ਕਾਇਮ ਕਰਨਾ, ਕਿਵੇਂ ਅਕਾਲੀ ਦਲ ਦੀ ਪੋਜੀਸ਼ਨ ਨੂੰ ਦੇਖ ਕੇ ਬਾਦਲਾਂ ਦੇ ਨਾਲ ਤੁਰਨਾ ਹੈ ਜਾਂ ਨਹੀਂ ਤੁਰਨਾ ਜਾਂ ਆਪਣੇ ਵੋਟਰਾਂ ਨੂੰ ਪੁੱਛਣਾ, ਇਹ ਵੀ ਗੱਲਾਂ ਨਾਲੋਂ ਨਾਲ ਨੇ। ਉਧਰ ਬੀਬੀ ਜਗੀਰ ਕੌਰ ਹੋਰਾਂ ਨੇ ਵੀ ਕਹਿ ਦਿੱਤਾ ਆ, ਇਸ਼ਾਰੇ ਕਰ ਦਿੱਤੇ ਨੇ ਕਿ ਉਹ ਵੀ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਸਕਦੇ ਨੇ, ਇਸਦੇ ਕੀ ਮਾਇਨੇ ਸਮਝੇ ਜਾਣ? ਨਹੀਂ, ਇਹ ਜਿਹੜੀ ਪ੍ਰਕਿਰਿਆ ਸੁਖਦੇਵ ਸਿੰਘ ਢੀਂਡਸਾ ਨੇ ਆਰੰਭੀ ਆ ਕਿ 5 ਮੈਂਬਰੀ ਕਮੇਟੀ ਬਣਾਈ ਆ, ਹੁਣ ਉਹ ਕਮੇਟੀ ਕੀ ਡਿਸਕਸ ਕਰਦੀ ਆਪਣੇ ਵਰਕਰਸ ਨਾਲ, ਜਿਹੜੇ ਉਹਨਾਂ ਦੇ ਸੋ ਕਾਲਡ ਕਿੱਡਾ ਵੱਡਾ ਉਹਨਾਂ ਦਾ ਸਰਕਲ ਆ, ਇਹ ਵੀ ਕੋਈ ਪੂਰਾ ਪਬਲਿਕਲੀ ਪਤਾ ਨਹੀਂ ਹੈਗਾ ਵੀ ਉਹ ਕਿਹਨੂੰ ਜਾ ਕੇ ਡਿਸਕਸ ਕਰਨਗੇ, ਕਿ ਕੀ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਕੰਸਲਟੇਸ਼ਨ ਕਰਨਗੇ ਕਿ ਜਾ ਕੇ ਆਪਣੀ ਜਨਰਲ ਪਬਲਿਕ ਵਿੱਚ ਜਾ ਕੇ ਪੁੱਛਣਗੇ ਵੀ ਉਹਨਾਂ ਦੇ ਵਿਚਾਰ ਲਏ ਜਾਣਗੇ। ਕਿਉਂਕਿ ਇਹ ਭਾਵੇਂ ਕਹਿੰਦੇ ਆ ਕਿ ਅਸੀਂ ਦੂਸਰੀ ਸਟੇਟਸ ਦੇ ਵਿੱਚ ਆਪਣੀਆਂ ਯੂਨਿਟਸ ਬਣਾਉਣੀਆਂ ਨੇ, ਪਹਿਲੇ ਤਾਂ ਇਹਨਾਂ ਨੂੰ ਆਪਣੇ ਪੰਜਾਬ ਵਿੱਚ ਦੇਖਣਾ ਚਾਹੀਦਾ ਵੀ ਇੱਥੇ ਜਿਹੜੀ ਇਹਨਾਂ ਦੀ ਪੋਜੀਸ਼ਨ ਡਿੱਗੀ ਆ, ਕੀ ਕਾਰਨ ਸੀਗੇ ਕਿ ਇਹਨਾਂ ਨੇ 20 ਦਸੰਬਰ ਨੂੰ ਜਿਹੜਾ ਰੋਸ ਮਾਰਚ ਦਿੱਲੀ ਕਰਨਾ ਸੀਗਾ ਉਹ ਕਿਉਂ ਨਹੀਂ ਕੀਤਾ ਗਿਆ, ਕੀ ਇਹ ਸ਼ੋ ਕਰਦਾ ਕਿ ਇਹਨਾਂ ਕੋਲ ਵਰਕਰਸ ਹੈ ਨੀਗੇ, ਬਿਲਕੁਲ, ਜਾਂ ਇਹਨਾਂ ਲਈ ਕੋਈ ਮੋਰਚਾ ਲਾਉਣ ਨੂੰ ਤਿਆਰ ਨੀਗਾ? ਕਿਉਂਕਿ ਆਪ ਵੀ ਸਰ ਸੁਖਬੀਰ ਸਿੰਘ ਬਾਦਲ ਪਿਛਲੇ ਸਮਿਆਂ ਵਿੱਚ ਇਹ ਕਹਿ ਚੁੱਕੇ ਆ ਕਿ ਹੁਣ ਤੋਂ ਬਾਅਦ ਕਦੀ ਅਕਾਲੀ ਦਲ ਕੋਈ ਮੋਰਚਾ ਨਹੀਂ ਲਾਵੇਗਾ, ਇਹ ਇਹਨਾਂ ਦੇ ਪਬਲਿਕ ਅਖਬਾਰਾਂ ਵਿੱਚ ਛਪੇ ਹੋਏ ਬਿਆਨ ਨੇ। ਤੇ ਕੀ ਹੁਣ ਇਹ ਉਸ ਗੱਲ ਤੇ ਵਾਪਸ ਆ ਰਹੇ ਹੈਗੇ ਮੋਰਚੇ ਵਾਲੀ ਸਿਆਸਤ ਤੇ, ਤੇ ਕੀ ਇਹ ਸਟਿਲ ਇਹਨਾਂ ਨੇ ਨੈਗੋਸ਼ੀਏਸ਼ਨ ਦੇ ਰਾਹ ਅਪਣਾਉਣੇ ਨੇ? ਕਿਉਂਕਿ ਜਿਹੜਾ ਬੰਦੀ ਸਿੱਖਾਂ ਵਾਲਾ ਵੀ ਮਸਲਾ ਹੈਗਾ ਉਹ ਵੀ ਉਸੇ ਤਰ੍ਹਾਂ ਖੜਾ ਹੈਗਾ, ਹਜੇ ਤੱਕ ਇਹਨਾਂ ਵੱਲੋਂ ਜਿਹੜੀ ਪ੍ਰਕਿਰਿਆ ਆਰੰਭੀ ਗਈ ਐਸ ਜੀ ਪੀ ਸੀ ਵੱਲੋਂ ਇਹਨਾਂ ਦੇ ਕਹਿਣ ਤੇ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਹਜੇ ਫੀਡਬੈਕ ਨਹੀਂ ਮਿਲੀ ਇੰਡੀਅਨ ਗਵਰਨਮੈਂਟ ਤੋਂ ਕਿ ਕੀ ਉਹ ਇਹਨਾਂ ਨੂੰ ਅਪੁਆਇੰਟਮੈਂਟ ਦਾ ਟਾਈਮ ਦੇਣਗੇ ਜਾਂ ਨਹੀਂ ਦੇਣਗੇ। ਕਿਉਂਕਿ ਕੱਲ੍ਹ ਜਿਹੜਾ ਫੰਕਸ਼ਨ ਹੋਇਆ ਹੈਗਾ ਦਿੱਲੀ ਦੇ ਵਿੱਚ ਜਿੱਥੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪ੍ਰੈਜੈਂਟ ਸੀਗੇ,
ਉੱਥੇ ਸਰਦਾਰ ਹਰਮੀਤ ਸਿੰਘ ਕਾਲਕਾ ਵੀ ਪ੍ਰੈਜ਼ੈਂਟ ਸੀਗੇ ਤੇ ਕੀ ਉੱਥੇ ਪੁੱਛਿਆ ਨਹੀਂ ਜਾ ਸਕਦਾ ਸੀਗਾ ਪ੍ਰਾਈਮ ਮਿਨਿਸਟਰ ਨੂੰ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਕੋਈ ਮਤਲਬ ਜ਼ਰੂਰੀ ਮਸਲਿਆਂ ਬਾਰੇ ਜਾਂ ਕੀ ਹੈਗਾ। ਬਲਕਿ ਪਰ ਇਸ ਤਰ੍ਹਾਂ ਦੀ ਕੋਈ ਖਬਰ ਬਾਹਰ ਨਹੀਂ ਆਏਗੀ ਵੀ ਇਹਨਾਂ ਨੇ ਪੁੱਛਿਆ ਜਾਂ ਨਹੀਂ ਪੁੱਛਿਆ, ਕਿਉਂਕਿ ਨਹੀਂ ਤਾਂ ਜੇ ਇਹਨਾਂ ਨੇ ਪੁੱਛਿਆ ਹੁੰਦਾ ਤਾਂ ਖਬਰ ਜ਼ਰੂਰ ਬਾਹਰ ਆਉਣੀ ਸੀਗੀ, ਚਾਹੇ ਸਰ ਹਰਮੀਤ ਸਿੰਘ ਕਾਲਕਾ ਵੱਲੋਂ ਹੀ ਆਉਂਦੀ ਤੇ ਚਾਹੇ ਕੋਈ ਹੋਰ ਸੋਰਸਿਸ ਵੱਲੋਂ ਬਾਹਰ ਆਉਂਦੀ। ਮਤਲਬ ਕਿ ਜੇ ਇੰਨੀ ਨੇੜ ਤਾਂ ਹੈਗੀ ਹੈ ਡੀ ਜੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਲੀਡਰਸ਼ਿਪ ਦੀ ਜਾਂ ਸਰਦਾਰ ਮਨਜਿੰਦਰ ਸਿੰਘ ਸਰਸਾ ਉਹਨਾਂ ਨਾਲ ਇੰਨਾ ਕਲੋਜ਼ਲੀ ਅਟੈਚ ਨੇ, ਉਹਨਾਂ ਦੇ ਨੈਸ਼ਨਲ ਜਨਰਲ ਸੈਕਟਰੀ ਨੇ ਉਹ ਜਾਂ ਸੈਕਟਰੀ ਨੇ ਬਟ ਐਵਰ ਇਟ ਇਜ਼, ਤਾਂ ਕੀ ਉਹ ਵਿੱਚ ਆਪਣਾ ਰੋਲ ਪਲੇ ਨਹੀਂ ਕਰ ਸਕਦੇ ਤਾਂ ਕਿ ਜਿਹੜੀ ਅਪੁਆਇੰਟਮੈਂਟ ਮੰਗੀ ਜਾ ਰਹੀ ਹੈ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੇ ਇਹਨਾਂ ਨੂੰ ਦਿੱਤੇ ਹੋਏ ਜਿਹਨਾਂ ਨੂੰ ਇਹ ਸਰਵਉੱਚ ਆਪਣਾ ਮੰਨਦੇ ਨੇ, ਤਾਂ ਫਿਰ ਉਸ ਦੇ ਅੱਗੇ ਕਾਰਵਾਈ ਕੀ ਹੋ ਰਹੀ ਹੈ। ਸੋ ਇਸ ਦੀ ਪਹਿਲਾ ਸਵਾਲ ਤਾਂ ਸਰ ਸੁਖਬੀਰ ਸਿੰਘ ਬਾਦਲ ਹੋਣਾ ਕੋਲ ਆ ਵੀ ਰਹਿ ਦਰ ਕੇ ਬਿਹਾਰ ਵਿੱਚ ਜਾ ਕੇ ਯੂਨਿਟਾਂ ਆਪਣੀਆਂ ਖੋਲੋ, ਸਾਰਿਆਂ ਨਾਲੋਂ ਪਹਿਲੇ ਤਾਂ ਆਪਣੇ ਪੰਜਾਬ ਵਿੱਚ ਆ ਕੇ ਆਪਣੀ ਜਿਹੜੀ ਖੋ ਚੁੱਕੀ ਇਹਨਾਂ ਦੀਆਂ ਜੜ੍ਹਾਂ ਨੇ ਉਹ ਤਲਾਸ਼ ਕਰਨ ਦੀ ਲੋੜ ਆ ਤੇ ਉਹਨਾਂ ਨੂੰ ਜੋੜਨ ਦੀ ਲੋੜ ਆ ਤੇ ਨਾਲੇ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਐਕਸਪਲੇਨ ਕਰਨ ਦੀ ਲੋੜ ਆ ਵੀ ਕਿਉਂ ਨਹੀਂ ਜਥੇਦਾਰ ਕੌਂਕੇ ਜਿਹੜੇ ਕਿ ਐਕਟਿੰਗ ਜਥੇਦਾਰ ਰਹਿ ਚੁੱਕੇ ਅਕਾਲ ਤਖ਼ਤ ਸਾਹਿਬ ਦੇ, ਜੇ ਉਹਨਾਂ ਦੇ ਇੰਟਰਸਟ ਨਹੀਂ ਅਸੀਂ ਵਾਚ ਕਰ ਸਕਦੇ ਤਾਂ ਫਿਰ ਅਕਾਲੀ ਦਲ ਦਾ ਕੀ ਆਦੇਸ਼ ਰਹਿ ਜਾਂਦਾ ਲੋਕਾਂ ਦੇ ਲਈ। ਬਿਲਕੁਲ, ਮੈਂ ਨਾ ਗਿੱਲ ਸਾਹਿਬ ਇਹ ਪੜ੍ਹ ਰਿਹਾ ਸੀਗਾ, ਕਈ ਲੋਕ ਮਤਲਬ ਇਸ ਤਰੀਕੇ ਦੇ ਕਮੈਂਟ ਕਰਦੇ ਨੇ ਕਿ ਤੁਸੀਂ ਅਕਾਲੀ ਦਲ ਨੂੰ ਜਾਂ ਬਾਦਲਾਂ ਨੂੰ ਵਾਰ ਵਾਰ ਕਟਹਿਰੇ ਚ ਲਿਆ ਕੇ ਖੜਾ ਕਰਦੇ ਹੋ ਕਿ ਉਹਨਾਂ ਨੇ ਆ ਬੇਅਦਬੀਆਂ ਵਾਲਾ ਚੈਪਟਰ ਲੰਘਿਆ ਜਾਂ ਉਸ ਤੋਂ ਪਹਿਲਾਂ ਜੋ ਕੁਛ ਹੁੰਦਾ ਰਿਹਾ ਜਾਂ ਉਸ ਤੋਂ ਪਹਿਲਾਂ ਜੋ ਪੰਥਕ ਸਿਆਸਤ ਦੇ ਵਿੱਚ ਵਾਪਰਦਾ 84 ਤੋਂ ਪਹਿਲਾਂ 84 ਤੋਂ ਬਾਅਦ ਉਹ ਸਾਰੇ ਲਈ, ਉਹ ਕਹਿੰਦੇ ਕਿ ਇਹ ਕਾਂਗਰਸ ਨੂੰ ਲੋਕੀ ਸੱਤਾ ਵਿੱਚ ਲਿਆਉਣ ਵਾਲੇ ਨੇ, ਪੰਜਾਬ ਦੇ ਲੋਕਾਂ ਨੇ ਲਿਆਂਦਾ ਜਿਹਨੇ ਪੰਜਾਬ ਦੇ ਵਿੱਚ 84 ਦਾ ਪਹਾੜਾ ਵਾਪਰਿਆ ਜੋ ਕੁਝ ਵਾਪਰਿਆ, ਉਹ ਕਹਿੰਦੇ ਉਹਨਾਂ ਨੂੰ ਤੇ ਉਸ ਤਰੀਕੇ ਦੇ ਨਾਲ ਨਹੀਂ ਘੇਰਿਆ ਜਾਂਦਾ ਕਿ ਰਾਹੁਲ ਗਾਂਧੀ ਮਾਫ਼ੀ ਕਿਉਂ ਨਹੀਂ ਮੰਗਦੇ 84 ਸਿੱਖ ਕਤਲੇਆਮ ਨੂੰ ਲੈ ਕੇ, ਬਾਦਲਾਂ ਦੇ ਉੱਤੇ ਆਹ ਜਿਹੜੇ ਇਲਜ਼ਾਮ ਲੱਗ ਰਹੇ, ਠੀਕ ਹੈ ਪੰਥਕ ਪਾਰਟੀ ਹੈ ਤਾਂ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ, ਪਰ ਉਸ ਤਰੀਕੇ ਦੇ ਨਾਲ ਕਹਿੰਦੇ ਜੇ ਸਰਕਾਰਾਂ ਉਹ ਬਣਾ ਸਕਦੇ ਨੇ ਤਾਂ ਫਿਰ ਇਹਨਾਂ ਨੂੰ ਵੀ ਲੋਕ ਆਪਣੇ ਮਨਾਂ ਦੇ ਵਿੱਚ ਉਹ ਥਾਂ ਦੇ ਦੇਣਗੇ ਦੁਬਾਰਾ ਜੇ ਹੁਣ ਇਹਨਾਂ ਨੇ ਮਾਫ਼ੀ ਮੰਗ ਲਈ ਹੈ। ਇਹ ਤਾਂ ਹੁਣ ਆਪਾਂ ਨੂੰ ਆਉਣ ਲੱਗੇ ਜਿਹੜੀਆਂ ਜਨਰਲ ਇਲੈਕਸ਼ਨ ਹੈਗੀਆਂ ਨੇ, ਜਿਹੜਾ ਨਵੇਂ ਓਪੀਨੀਅਨ ਪੋਲ ਆਏ ਆ ਦੋ, ਉਹਦੇ ਵਿੱਚ ਜਿਹੜੀ ਪਰਸੈਂਟੇਜ ਆਈ ਆ ਅਕਾਲੀ ਦਲ ਨੂੰ ਅਕੋਰਡਿੰਗ ਟੂ ਓਪੀਨੀਅਨ ਪੋਲ, ਉਹ ਇਹਨਾਂ ਨੂੰ 0 ਤੋਂ ਲੈ ਕੇ 2 ਸੀਟਸ ਤੱਕ ਆਈ ਆ, ਉਹ ਵੀ ਜਿਹੜੀ ਅੱਗੇ ਇਹਨਾਂ ਕੋਲ 17-18% ਵੋਟ ਸ਼ੇਅਰ ਸੀਗਾ ਉਹ ਵੀ ਘੱਟ ਕੇ 13-14% ਤੇ ਚਲਾ ਗਿਆ ਅਕੋਰਡਿੰਗ ਟੂ ਦਾ ਜਿਹੜੇ ਰੀਸੈਂਟ ਲੇਟੈਸਟ ਓਪੀਨੀਅਨ ਪੋਲ ਆਏ ਆ, ਤੇ ਉਹਦੇ ਵਿੱਚ ਵੀ ਕਾਂਗਰਸ ਸਾਰਿਆਂ ਨਾਲੋਂ ਅੱਗੇ ਦਿਖਾਈ ਦੇ ਰਹੀ ਆ ਉਸ ਓਪੀਨੀਅਨ ਪੋਲਸ ਦੇ ਵਿੱਚ, ਸੈਕਿੰਡ ਨੰਬਰ ਤੇ ਆਮ ਆਦਮੀ ਪਾਰਟੀ ਆ ਜਿਹੜੀ ਕਿ ਰੂਲਿੰਗ ਪਾਰਟੀ ਆ ਪੰਜਾਬ ਦੀ, ਤੇ ਇਹ ਤੇ ਭਾਰਤੀ ਜਨਤਾ ਪਾਰਟੀ ਬਿਲਕੁਲ ਲੋਐਸਟ ਸਟੈਪ ਤੇ ਆਏ ਹੈਗੇ ਆ। ਇਨਫੈਕਟ ਜਿਹੜਾ ਅਕਾਲੀ ਦਲ ਆ ਸਾਰਿਆਂ ਨਾਲੋਂ ਪਛੜਿਆ ਹੋਇਆ ਦਿਖਾਈ ਦੇ ਰਿਹਾ ਹੈਗਾ, ਇਹਦਾ ਮਤਲਬ ਵੀ ਲੋਕਾਂ ਨੇ ਕੋਈ ਇਹਨਾਂ ਨੂੰ ਹਜੇ ਤੱਕ ਪ੍ਰਵਾਨਤਾ ਦਿੱਤੀ ਨਹੀਂ ਹੈਗੀ, ਕਿਉਂਕਿ ਉਹਨਾਂ ਨੇ ਕੋਈ ਨਾ ਕੋਈ ਆਪਣਾ ਵੋਟ ਬੇਸ ਤਾਂ ਬਣਾਇਆ ਹੋਊਗਾ ਨਾ ਓਪੀਨੀਅਨ ਪੋਲ ਲੈਣ ਲਈ। ਸੋ ਉਹਨਾਂ ਨੇ ਜੇ ਲੋਕਾਂ 'ਚ ਜਾ ਕੇ ਇਹ ਦੋ ਓਪੀਨੀਅਨ ਪੋਲ ਆਏ ਹੈਗੇ ਆ, ਇੱਕ ਤਾਂ ABPP ਦਾ ਹੈਗਾ ਜਿਹੜੀ ਨਿਊਜ਼ ਸਰਵਿਸ ਹੈਗੀ ਆ, ਇੱਕ ਕੋਈ ਡਿਫਰੈਂਟ ਹੋਰ ਏਜੰਸੀ ਦਾ ਓਪੀਨੀਅਨ ਪੋਲ ਆ, ਉਹਦੇ 'ਤੇ ਇਹਨਾਂ ਦਾ ਕੋਈ ਪ੍ਰਤੀਕਰਮ ਵੀ ਨਹੀਂ ਆਇਆ ਸ਼੍ਰੋਮਣੀ ਅਕਾਲੀ ਦਲ ਦਾ ਵੀ ਕੀ ਉਹ ਓਪੀਨੀਅਨ ਪੋਲ ਬਾਰੇ ਇਹਨਾਂ ਦਾ ਕੀ ਖਿਆਲ ਹੈਗਾ ਜਾਂ ਕੀ ਪ੍ਰਤੀਕਰਮ ਹੈਗਾ। ਸੋ ਇਸ ਕਰਕੇ ਜੇ ਆਪਾਂ ਦੇਖੀਏ ਇਨ ਡੈਪਥ
ਤਾਂ ਇਹਨਾਂ ਕੋਲੇ ਹਜੇ ਧਰਾਤਲ ਤੇ ਜਿਸ ਤਰ੍ਹਾਂ ਅਸੈਪਟੈਂਸ ਮਿਲਣੀ ਚਾਹੀਦੀ ਸੀਗੀ ਜਿਵੇਂ ਕਹਿੰਦੇ ਮਾਫੀ ਤੋਂ ਬਾਅਦ, ਕਿਉਂਕਿ ਇਹ ਪੋਲ ਇਹਨਾਂ ਦੀ ਮਾਫੀ ਮੰਗਣ ਤੋਂ ਬਾਅਦ ਚ ਆ ਜਿਹੜੀ ਸੋ ਕਾਲਡ ਇਹ ਮਾਫੀ ਕਹਿ ਰਹੇ ਹੈਗੇ ਆ, ਜਦਕਿ ਇੱਕ ਤਰ੍ਹਾਂ ਨਾ ਰਿਗਰੈਟ ਸੀਗੀਆਂ ਉਹ ਵੀ ਉਹਨਾਂ ਦਾ ਜਿਹੜਾ ਪਬਲਿਕ ਫੰਕਸ਼ਨ ਸੀਗਾ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਫੰਕਸ਼ਨ ਸੀਗਾ, ਉਹਦੇ ਵਿੱਚ ਇਹ ਬੋਲੇ ਹੈਗੇ ਆ, ਨਾ ਕਿ ਕੋਈ ਇਹ ਆ ਕੇ ਪਬਲਿਕ ਚ ਬੋਲੇ ਹੈਗੇ ਜਾਂ ਸਮੂਹਿਕ ਕੋਈ ਸਿੱਖ ਕੌਮ ਦਾ ਇਕੱਠ ਸੀਗਾ। ਜਾਂ ਤਾਂ ਉੱਥੇ ਦੂਸਰੀਆਂ ਵੀ ਪੰਥਕ ਧਿਰਾਂ ਬੁਲਾਉਣੀਆਂ ਚਾਹੀਦੀਆਂ ਸੀਗੀਆਂ, ਕਿਉਂਕਿ ਇਹਨਾਂ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਆ ਉਹ ਸਮੂਹਿਕ ਰੂਪ ਵਿੱਚ ਸਾਰਿਆਂ ਨੂੰ ਸਾਂਝਿਆਂ ਨੂੰ ਸੱਦਾ ਦੇ ਕੇ ਮਨਾਉਣਾ ਚਾਹੀਦਾ ਹੈਗਾ, ਨਾ ਕਿ ਇਹ ਇਕੱਲੀ ਐਕਸਕਲੂਸਿਵ ਰਾਈਟ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ। ਇਹ ਵੀ ਤਾਂ ਇੱਕ ਧਿਰ ਆ ਨਾ, ਇਹ ਆ ਵੀ ਇਹ ਵੱਡਾ ਨੰਬਰ ਹੈ, ਪਾਵਰ 'ਚ ਰਹੇ ਆ, ਬਾਕੀ ਨਹੀਂ ਪਾਵਰ 'ਚ ਆ ਸਕੇ ਜਾਂ ਕਿਵੇਂ, ਪਰ ਧਿਰਾਂ ਤਾਂ ਹੈਗੀਆਂ ਨੇ ਨਾ, ਭਾਵੇਂ ਉਹਨਾਂ ਦਾ ਨੰਬਰ ਘੱਟ ਆ, ਇਨਫਲੂਐਂਸ ਘੱਟ ਆ ਜਾਂ ਵੱਧ ਆ, ਇਹ ਡਿਫਰੈਂਟ ਸਟੋਰੀ ਆ। ਸਰ ਸਿਮਰਨਜੀਤ ਸਿੰਘ ਮਾਨ ਦਾ ਜਿਹੜਾ ਗਰੁੱਪ ਆ, ਉਹਨਾਂ ਨੇ ਤਾਂ ਹੁਣੇ ਰੀਸੈਂਟਲੀ ਲਾਸਟ ਈਅਰ ਇਲੈਕਸ਼ਨ ਜਿੱਤੀ ਆ, ਜਿੱਥੇ ਕਿ ਇਹਨਾਂ ਦੀਆਂ ਜਮਾਨਤਾਂ ਜ਼ਬਤ ਹੋਈਆਂ ਨੇ। ਸੋ ਉਸ ਆਧਾਰ ਨਾਲ ਤਾਂ ਉਹਨਾਂ ਦੀ ਮਹੱਤਤਾ ਜ਼ਿਆਦਾ ਹੈਗੀ ਆ, ਤੇ ਕੀ ਇਹਨਾਂ ਨੇ ਉਹਨਾਂ ਕਿਸੇ ਨੂੰ ਬੁਲਾਉਣਾ ਚਾਹਿਆ, ਫਿਰ ਗੱਲ ਡਿਫਰੈਂਟ ਹੋਣੀ ਸੀ ਜੋ ਇਹ ਬੋਲੇ ਆ, ਕਿਉਂਕਿ ਫਿਰ ਉਹਨਾਂ ਨੂੰ ਦੂਸਰੇ ਜਿਹੜੇ ਪੰਥਕ ਦਲਾਂ ਦੇ ਲੀਡਰ ਆ ਉਹਨਾਂ ਨੇ ਵੀ ਇਸ ਦਾ ਉੱਥੇ ਜਵਾਬ ਦੇਣਾ ਸੀਗਾ, ਇਹਨਾਂ ਨੂੰ ਬੁਲਾਉਣਾ ਚਾਹੀਦਾ ਸੀ ਸਮੂਹਿਕ ਰੂਪ ਵਿੱਚ, ਸਿੱਖ ਸੰਗਤ ਨੂੰ ਬੁਲਾਉਣਾ ਚਾਹੀਦਾ ਸੀ ਤਾਂ ਕਿ ਉਹ ਸੈਲੀਬ੍ਰੇਸ਼ਨ ਵਿੱਚ ਉਹ ਵੀ ਪਾਰਟੀਸਪੇਟ ਕਰਦੇ, ਫਿਰ ਇਹ ਗੱਲ ਹੁੰਦੀ, ਫਿਰ ਇਹਦਾ ਮੀਨਿੰਗ ਬਿਲਕੁਲ ਡਿਫਰੈਂਟ ਹੋਣਾ ਸੀਗਾ। ਪਰ ਇਸ ਅਕਾਲੀ ਦਲ ਨੂੰ ਅਸਲ ਅਕਾਲੀ ਦਲ ਮੰਨ ਕੇ ਚੱਲਦੇ ਨੇ, ਇਸ ਕਰਕੇ ਇਹ ਉਸ ਤਰੀਕੇ ਨਾਲ ਜਿਹੜਾ ਉਹਦੇ ਸਮਾਰੋਹ ਮਨਾਉਂਦੇ ਨੇ ਜਾਂ ਸਥਾਪਨਾ ਦਿਵਸ ਮਨਾਉਂਦੇ ਨੇ। ਜਿਹੜਾ ਸਵਾਲ ਮੈਂ ਰਾਹੁਲ ਗਾਂਧੀ ਵਾਲਾ ਕੀਤਾ ਸੀਗਾ ਕਿ ਕਾਂਗਰਸ ਦੇ ਵਿੱਚ ਗਾਂਧੀ ਪਰਿਵਾਰ ਕਦੋਂ ਇਸ ਚੀਜ਼ ਲਈ ਮਾਫ਼ੀ ਮੰਗੇਗਾ ਕਿ ਜੋ ਕੁਛ ਅਸੀਂ ਸਿੱਖਾਂ ਦੇ ਨਾਲ ਕੀਤਾ, ਸਿੱਖ ਕਤਲੇਆਮ ਦੇ ਮਾਮਲਿਆਂ ਦੇ ਵਿੱਚ ਜੋ ਕੁਛ ਹੋਇਆ, ਦੋਸ਼ੀਆਂ ਨੂੰ ਪੁਸ਼ਤ ਬਣਾਈ ਉਹਨਾਂ ਦੀ ਕੀਤੀ ਸਿੱਧੇ ਤੇ ਨੰਗੇ ਚਿੱਟੇ ਰੂਪ ਦੇ ਵਿੱਚ, ਸਭ ਨੂੰ ਨਜ਼ਰ ਆਉਂਦਾ, ਅੱਜ ਵੀ ਉਹੀ ਚੀਜ਼ ਨਜ਼ਰ ਆਉਂਦੀ ਹੈ ਕਿ ਇਸ ਤਰੀਕੇ ਦੇ ਨਾਲ ਫਿਰ ਤਾਂ ਰਾਹੁਲ ਗਾਂਧੀ ਹੋ ਰਹੀ, ਉਹਨਾਂ ਨੂੰ ਵੀ ਮਾਫ਼ ਕਰਨ ਵਾਲੀ ਗੱਲ ਹੈ ਕਿ ਕਾਂਗਰਸ ਸੱਤਾ ਦੇ ਵਿੱਚ ਆਉਂਦੀ ਰਹੀ, ਇਹ ਸਵਾਲ ਜਦੋਂ ਉੱਠਦੇ ਨੇ। ਇਹ ਤਾਂ ਹੁਣ ਆਪਣੇ ਜਿਹੜੇ ਹੈ ਨਾ ਸਿੱਖ ਕੌਮ ਦੀ ਕਮਜ਼ੋਰੀ ਹੈ ਨਾ, ਜਾਂ ਸ਼੍ਰੋਮਣੀ ਅਕਾਲੀ ਦਲ ਦੀ ਕਮਜ਼ੋਰੀ ਹੈ ਕਿ ਆਪਾਂ ਉਸ ਲੈਵਲ ਤੇ ਆਪਣੇ ਵੋਟਰਸ ਨੂੰ ਲਾਮਬੰਦ ਨਹੀਂ ਕਰ ਸਕੇ, ਕਿ ਜਿਨ੍ਹਾਂ ਨੇ ਹਜੇ ਤੱਕ ਜਿਹੜੀ ਮੈਂ ਪੰਜਾਬ ਕਾਂਗਰਸ ਤੇ ਤਾਂ ਮੈਂ ਬਹੁਤ ਵਾਰੀ ਸਵਾਲ ਉਠਾਏ ਨੇ ਕਿ ਇਹ ਜਦੋਂ ਪੰਜਾਬ ਦੇ ਇਸ਼ੂਸ ਹੁੰਦੇ ਨੇ ਉਦੋਂ ਇਹ ਬੋਲਦੇ ਕਿਉਂ ਨਹੀਂ ਗਏ, ਚਾਹੇ ਸਾਡਾ ਚੰਡੀਗੜ੍ਹ ਦਾ ਇਸ਼ੂ ਆ, ਚਾਹੇ ਪਾਣੀਆਂ ਦਾ ਇਸ਼ੂ ਆ, ਚਾਹੇ ਸਾਡਾ ਭਾਖੜਾ ਬਿਆਸ ਮੈਨੇਜਮੈਂਟ ਦੇ ਵਿੱਚ ਮੈਂਬਰਸ਼ਿਪ ਦਾ ਇਸ਼ੂ ਆ, ਜਿਹਦੇ 'ਚ ਹੁਣ ਅਸੀਂ ਬਿਲਕੁਲ ਨਿਰਧਾਰਤ ਤਾਂ ਹੈ, ਸਾਡੀ ਕੋਈ ਮੈਂਬਰਸ਼ਿਪ ਹੀ ਹੈ ਨਹੀਂ ਉਹਦੇ 'ਚ। ਇਸੇ ਤਰ੍ਹਾਂ ਡੈਮ ਸੇਫਟੀ ਐਕਟ ਹੈਗਾ, ਹੋਰ ਸਾਡੇ ਸਿੱਖ ਆਈਡੈਂਟੀਟੀਜ਼ ਦੇ ਮੁੱਦੇ ਨੇ, ਉਹਨਾਂ ਬਾਰੇ ਕਿਉਂ ਨਹੀਂ ਇਹ ਕਦੀ ਕਾਂਗਰਸ, ਕਿਉਂਕਿ ਇਹਨਾਂ ਨੇ ਕਦੀ ਆਪਣੇ ਆਪ ਨੂੰ ਪੰਜਾਬ ਹਿੱਤਾਂ ਦੇ ਲਈ ਕਦੀ ਉਸ ਤਰ੍ਹਾਂ ਦੇ ਨਾਲ ਲਾਮਬੰਦ ਕੀਤਾ ਹੀ ਨਹੀਂ ਆ, ਪਰ ਤਾਂ ਵੀ ਇਹਨਾਂ ਨੂੰ ਸਿੱਖ ਵੋਟਰਸ ਦੀ ਵੋਟ ਮਿਲਦੀ ਹੈਗੀ ਆ, ਹੁਣ ਵੀ ਤਾਂ ਇਹਨਾਂ ਨੂੰ 18 ਸੀਟਸ ਮਿਲੀਆਂ ਨੇ ਨਾ ਲਾਸਟ ਈਅਰ, ਅਕਾਲੀ ਦਲ ਨੂੰ 3 ਮਿਲੀਆਂ ਨੇ। ਸੋ ਇਹ ਸ਼ੋ ਕਰਦਾ ਕਿ ਇਹਨਾਂ ਦਾ ਬੇਸ ਅਕਾਲੀ ਦਲ ਨਾਲੋਂ ਵੱਡਾ ਹੈਗਾ, ਇਹ ਵੀ ਤਾਂ ਚੀਜ਼ ਪ੍ਰੂਵ ਕਰਦੀ ਹੈ ਨਾ। ਇਹ ਤਾਂ ਹੁਣ ਸਾਰੇ ਆਪਣੇ ਵੋਟਰਸ ਅੱਗੇ ਸਵਾਲ ਆ ਕਿ ਕੀ ਅਸੀਂ ਜੋ ਕਾਂਗਰਸ ਪਾਰਟੀ ਵੱਲੋਂ ਪਿਛਲੇ ਸਮਿਆਂ ਦੇ ਵਿੱਚ ਜੋ ਜਾਇਜ਼ਤੀਆਂ ਕੀਤੀਆਂ ਗਈਆਂ, ਜਥੇਦਾਰ ਕੌਂਕੇ ਦਾ ਜਿਹੜਾ
ਜੋ ਵੀ ਕਤਲ ਹੋਇਆ ਸਮੂਹਿਕ ਰੂਪ ਵਿੱਚ ਏਡੀ ਬਰੁਟੈਲਿਟੀ ਨਾਲ ਉਹਨਾਂ ਤੇ ਅਤਿਆਚਾਰ ਹੋਇਆ, ਉਹ ਵੀ ਤਾਂ ਕਾਂਗਰਸ ਗਵਰਨਮੈਂਟ ਦੇ ਥੱਲੇ ਹੋਇਆ ਨਾ। ਬਿਲਕੁਲ, ਇਹ ਚੀਜ਼ਾਂ ਵੀ ਆਪਾਂ ਨੂੰ ਭੁੱਲਣੀਆਂ ਨਹੀਂ ਚਾਹੀਦੀਆਂ ਗੀਆਂ। ਬਿਲਕੁਲ ਬਿਲਕੁਲ ਬਿਲਕੁਲ, ਪਰ ਆਪਣੇ ਲੋਕ ਭੁੱਲ ਗਏ ਹੋਏ ਇਸ ਗੱਲਾਂ ਨੂੰ। ਇਹ ਤਾਂ ਹੁਣ ਜਿਹਨਾਂ ਨੇ ਹਣਾਈਆਂ ਨੇ ਪਿੰਡੇ ਤੇ, ਜਿਹਨਾਂ ਨੇ ਆਪਣੇ ਜੀਵਨ ਲਾਏ ਆ, ਉਹ ਉਹੀ ਸੋਚਣ ਵਾਲੇ ਰਹਿ ਗਏ ਆ ਵੀ ਉਹ ਸੋਚਦੇ ਆ ਵੀ ਸਾਡੀ ਪੀੜ ਦਾ ਕੀ ਕਾਰਨ ਸੀਗਾ ਤੇ ਕਿਹੜੀ ਪਾਰਟੀ ਉਸ ਦੀ ਜ਼ਿੰਮੇਵਾਰ ਆ। ਦੂਸਰੇ ਤਾਂ ਕੋਈ ਮਤਲਬ ਕਿ ਉਹ ਲੋਕੀ ਹੁਣ ਉਹ ਜਨਰੇਸ਼ਨ ਦੀ ਇੱਕ ਚੇਂਜ ਹੋ ਚੁੱਕੀ ਆ ਸਾਰੀ ਜਨਰੇਸ਼ਨ, ਹੁਣ ਨਵੀਂ ਜਨਰੇਸ਼ਨ ਆ ਚੁੱਕੀ, ਉਹਨਾਂ ਨੂੰ ਬਹੁਤਿਆਂ ਨੂੰ ਪਤਾ ਹੀ ਨਹੀਂ ਹੈਗਾ ਇਤਿਹਾਸ ਦਾ ਕਿ ਸਾਡਾ ਇਤਿਹਾਸ 84 ਦਾ ਕੀ ਰਿਹਾ, ਕਿਉਂਕਿ ਸਾਡੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਸਾਡਾ ਪ੍ਰਚਾਰ ਕਰਨ ਦੇ ਵਿੱਚ ਤੇ ਸਾਡਾ ਇਤਿਹਾਸ ਨੂੰ ਦੱਸਣ ਵਿੱਚ ਜਿਹੜਾ ਰੀਸੈਂਟ ਹਿਸਟਰੀ ਸੀਗੀ ਉਹਦੇ ਚ ਨਾਕਾਮਯਾਬ ਰਹੇ ਆ। ਸ਼੍ਰੋਮਣੀ ਅਕਾਲੀ ਦਲ ਨੇ ਸਿਰਫ ਇਹ ਉਦੋਂ ਈਵੈਂਟਸ ਨੂੰ ਯਾਦ ਕੀਤਾ ਹੈਗਾ ਜਦੋਂ ਇਹਨਾਂ ਨੇ ਇਲੈਕਸ਼ਨਸ ਲੜਨੀਆਂ ਹੁੰਦੀਆਂ ਨੇ, ਉਸ ਇਲੈਕਸ਼ਨ ਰੈਲੀ ਚ ਸਿਰਫ ਜ਼ਿਕਰ ਹੁੰਦਾ, ਉਸ ਤੋਂ ਬਾਅਦ ਨਾ ਕਦੀ ਉਸ ਬਾਰੇ ਕੋਈ ਸਟੈਪਸ ਚੱਕੇ ਜਾਂਦੇ ਆ ਤੇ ਨਾ ਕੋਈ ਉਸ ਬਾਰੇ ਕਦੀ ਜ਼ਿਕਰ ਹੁੰਦਾ ਹੈਗਾ। ਬਿਲਕੁਲ, ਜਥੇਦਾਰ ਕੌਂਕੇ ਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਕਰਾਈ ਗਈ? ਬਿਲਕੁਲ, ਗੱਲ ਉਹੀ ਆ ਗਈ ਨਾ ਕਿ ਅਕਾਲੀ ਹੋਣਾ ਆਪਦੇ ਆਪ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ, ਉਹ ਜੀਵਨ ਹੋਣਾ, ਪਰ ਜਦੋਂ ਉਹੀ ਆਪਣੇ ਪੰਥਕ ਲੀਹਾਂ ਤੋਂ ਜਾਂ ਮੁੱਦਿਆਂ ਤੋਂ ਜਾਂ ਪੰਜਾਬ ਦੀ ਗੱਲ ਤੋਂ ਮੁਨਕਰ ਹੋ ਜਾਣ, ਪੰਥ ਤੋਂ ਮੁਨਕਰ ਹੋ ਜਾਣ, ਤਾਂ ਫਿਰ ਇਸ ਤਰੀਕੇ ਦੇ ਨਾਲ ਬਾਕੀ ਧਿਰਾਂ ਦਾ ਜਿਹੜਾ ਉਭਾਰ ਹੋਣਾ ਉਹ ਸਮਝ ਸਕਦੇ ਆ ਕਿ ਕਿੰਨਾ ਹਾਲਾਤਾਂ ਦੇ ਵਿੱਚ ਹੁੰਦਾ। ਗਿੱਲ ਸਾਹਿਬ, ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉੱਥੇ ਦਿੱਲੀ ਜਾ ਕੇ ਬਿਆਨ ਦਿੱਤਾ ਬਾਬਰੀ ਮਸਜਿਦ ਨੂੰ ਲੈ ਕੇ, ਮੁਸਲਮਾਨਾਂ ਨੂੰ ਲੈ ਕੇ, ਉਹਦੇ ਕੀ ਮਾਇਨੇ ਤੁਸੀਂ ਸਮਝਦੇ ਹੋ ਕਿ ਸਿੱਧੇ ਤਰੀਕੇ ਦੇ ਨਾਲ ਜਿਹੜੀ ਸੱਟ ਹੈ ਉਹ ਜਿਵੇਂ ਜੋ ਕੁਝ ਵਾਪਰਿਆ ਸੀਗਾ ਬਾਬਰੀ ਮਸਜਿਦ ਨੂੰ ਲੈ ਕੇ ਜਾਂ ਕੇਂਦਰ ਮੋਦੀ ਸਰ ਸ਼ਾਹ ਹੋਣਾ ਨੂੰ ਜਿਹੜੀ ਸੱਟ ਸਿੱਧੀ ਵੱਜਦੀ ਹੈ ਜਾ ਕੇ, ਕਿ ਕੱਲ ਨੂੰ ਇਹ ਤਾਂ ਫਿਰ ਉਹ ਜਿਹੜਾ ਗੋਧਰਾ ਕਾਂਡ ਹੋਇਆ ਸੀ ਉਹਦੇ ਬਾਰੇ ਵੀ ਸਵਾਲ ਖੜੇ ਜਦੋਂ ਕਰਨਗੇ ਤਾਂ ਫਿਰ ਉਧਰਲਾ ਰਿਐਕਸ਼ਨ ਕਿੱਦਾਂ ਦਾ ਹੋਏਗਾ? ਜਿਹੜਾ ਨਾ ਇੰਡੀਆ ਦਾ ਜਦੋਂ ਇਲੈਕਸ਼ਨ ਸੀਜ਼ਨ ਆਉਂਦੇ ਆ ਨਾ ਇੰਡੀਆ ਦੇ ਵਿੱਚ, ਖਾਸ ਕਰਕੇ ਹੁਣ ਜਲਦੀ 2014 ਤੋਂ ਬਾਅਦ ਤੁਸੀਂ ਲਾ ਲਓ ਜ਼ਿਆਦਾ ਪ੍ਰਮੁੱਖਤਾ ਨਾਲ ਆਏ ਨੇ, ਤਾਂ ਉਹਦੇ ਵਿੱਚ ਜਿਹੜਾ ਸੀਜ਼ਨ ਨੂੰ ਕਿਹਾ ਜਾਂਦਾ ਕਿ ਕ੍ਰਿਮੀਨਲ ਪੋਲਰਾਈਜੇਸ਼ਨ ਦਾ ਇੱਕ ਸੀਜ਼ਨ ਸ਼ੁਰੂ ਹੋ ਜਾਂਦਾ। ਹੁਣ ਪੋਲਰਾਈਜੇਸ਼ਨ ਲਾਈਨਸ ਤੇ ਪੋਲਿਟਿਕਸ ਨੂੰ ਵੰਡਿਆ ਜਾ ਰਿਹਾ, ਜਿਸ ਤਰ੍ਹਾਂ ਕਿ ਸਰ ਸੁਖਬੀਰ ਸਿੰਘ ਬਾਦਲ ਨੇ ਜ਼ਿਕਰ ਕੀਤਾ, ਇਸੇ ਤਰ੍ਹਾਂ ਜਦੋਂ ਪੋਲਰਾਈਜੇਸ਼ਨ ਭਾਰਤੀ ਜਨਤਾ ਪਾਰਟੀ ਆਪਣੇ ਵੋਟਿੰਗ ਲਈ ਜਾਂਦੀ ਹੈਗੀ ਆ ਉਸ ਸੀਜ਼ਨ ਦੇ ਵਿੱਚ, ਤਾਂ ਇਹਨਾਂ ਦਾ ਮੇਨ ਪੈਟ ਨਹਿਰਾ ਹੁੰਦਾ ਕਿ ਹਿੰਦੂ ਖਤਰੇ ਵਿੱਚ ਆ। ਇਸੇ ਤਰ੍ਹਾਂ ਹੁਣ ਸਰ ਸੁਖਬੀਰ ਸਿੰਘ ਬਾਦਲ ਨੇ ਉਸ ਲਾਈਨਸ ਤੇ ਇਹ ਗੱਲ ਉਠਾਈ ਹੈਗੀ ਆ ਕਿ ਦੇਖੋ ਸਿੱਖਾਂ ਦੇ ਵਿੱਚ ਏਕ ਹੈ ਨਹੀਂ ਗਾ, ਇਸ ਲਈ ਆਪਾਂ ਕਮਜ਼ੋਰ ਹਾਂ, ਆਪਣੇ ਨਾਲੋਂ ਜ਼ਿਆਦਾ ਕਮਜ਼ੋਰ ਮੁਸਲਮਾਨ ਤੇ ਰਹਿ ਗਈ ਆ। ਜਦਕਿ ਇਹਨਾਂ ਨੂੰ ਇਹ ਸਵਾਲ ਪਹਿਲੇ ਕਰਨ ਤੋਂ ਪਹਿਲੇ ਇਹ ਦੱਸਣਾ ਚਾਹੀਦਾ ਵੀ ਸਿੱਖ ਜਿਹੜੇ ਬਾਕੀ ਫਾਰੂਕ ਅਬਦੁੱਲੇ ਹੁਣੀ ਹੈਗੇ ਆ ਜਾਂ ਮੁਫਤੀ ਮਹਿਬੂਬਾ ਮੁਫਤੀ ਹੈਗੀ ਆ ਜਿਹੜੇ ਕਸ਼ਮੀਰ ਦੇ ਲੀਡਰਸ ਨੇ, ਕੀ ਉਹ ਲੀਡਰ ਨਹੀਂ ਹੈਗੇ? ਇਹ ਵੀ ਤਾਂ ਇੱਕ ਸਟੇਟ ਦੇ ਲੀਡਰ ਆ ਨਾ, ਇਹ ਕਿਸ ਤਰ੍ਹਾਂ ਸੋਚੀ ਬੈਠੇ ਆ ਵੀ ਅਸੀਂ ਸਾਰੇ ਭਾਰਤ ਦੇ ਸਿੱਖਾਂ ਦੇ ਲੀਡਰ ਹਾਂ? ਕਿਉਂਕਿ ਇਹਨਾਂ ਨੇ ਹੀ ਕਦੀ ਆਲ ਇੰਡੀਆ ਸਿੱਖ ਐਕਟ ਬਣ ਨਹੀਂ ਦਿੱਤਾ ਗਾ, ਜਿਹੜਾ ਸਿੱਖ ਗੁਰਦੁਆਰਾ ਐਕਟ ਬਣਨਾ ਸੀਗਾ ਉਹ ਫਿਰ ਜਿਹੜਾ ਸਿੱਖ ਗੁਰਦੁਆਰਾ ਐਕਟ ਦਾ ਪ੍ਰੈਜ਼ੀਡੈਂਟ ਹੁੰਦਾ ਉਹ ਆਪਣੇ ਆਪ ਨੂੰ ਦਾਅਵਾ ਕਰ ਸਕਦਾ ਸੀ ਕਿ ਮੈਂ ਸਾਰੀ ਜਿਹੜੀ ਸਿੱਖ ਕੌਮ ਆ ਭਾਰਤ ਦੇ ਅੰਦਰ ਵੀ ਮੈਂ ਉਹਦਾ ਸਰਮੌਰ ਸਿੱਖ ਉਹਨੂੰ ਮੰਨਿਆ ਜਾਣਾ ਸੀਗਾ, ਤਾਂ ਹੀ ਤਾਂ ਇਹਨਾਂ ਨੇ ਉਹ ਬਣ ਨਹੀਂ ਦਿੱਤੇ ਗੀ ਕਦੀ। ਜਦਕਿ ਡਰਾਫਟ ਇਹਨਾਂ ਕੋਲ ਭੇਜੇ ਗਏ ਆ ਗਵਰਨਮੈਂਟ ਆਫ ਇੰਡੀਆ ਵੱਲੋਂ, ਇਹਨਾਂ ਨੇ ਕਦੀ ਉਹ ਡਰਾਫਟ ਦਾ ਜਵਾਬ ਨਹੀਂ ਦਿੱਤਾ ਗਾ।
ਤਾਂ ਕਿ ਉਹ ਬਿੱਲ ਪੈ ਸਕੇ ਪਾਰਲੀਮੈਂਟ ਦੇ ਵਿੱਚ। ਇਹ ਬਿੱਲ ਇਹਨਾਂ ਨੇ ਜ਼ਰੂਰ ਪਾਸ ਕਰਾ ਲਿਆ ਵੀ ਵੰਡ ਕਿਵੇਂ ਪਾਉਣੀ ਹੈ ਸਿੱਖ ਕੌਮ ਦੇ ਵਿੱਚ, ਕੌਣ ਸਿੱਖ ਹੈਗਾ ਤੇ ਕੌਣ ਸਿੱਖ ਨਹੀਂ ਹੈਗਾ। ਬਿਲਕੁਲ ਸਹੀ ਗੱਲ। ਨਾਲੇ ਗਿੱਲ ਸਾਹਿਬ ਇੱਕ ਰਿਪੋਰਟ ਜਿਹੜੀ ਤੁਸੀਂ ਉਹ ਪੜ੍ਹੀ ਹੋਣੀ ਅਫਗਾਨ ਦੇ ਸਿੱਖਾਂ ਦਾ, ਕਿ ਉਹਨਾਂ ਨੂੰ ਇਹ ਉਹ ਤਾਂ ਕਹਿ ਰਹੇ ਨੇ ਕਿ ਸਾਨੂੰ ਉਦੋਂ ਸੰਭਾਲਿਆ ਸ਼੍ਰੋਮਣੀ ਕਮੇਟੀ ਨੇ ਜਾਂ ਦਿੱਲੀ ਕਮੇਟੀ ਨੇ ਜਾਂ ਹੋਰ ਸਿੱਖ ਜਥੇਬੰਦੀਆਂ ਨੇ, ਬੜਿਆਂ ਦਾ ਉਹਨਾਂ ਨੇ ਜ਼ਿਕਰ ਕੀਤਾ, ਪਰ ਉਹਨਾਂ ਨੂੰ ਕੈਨੇਡਾ ਮੂਵ ਹੋਣਾ ਪਿਆ। ਉਹ ਸਾਰੇ ਪਰਿਵਾਰ, ਸੈਂਕੜੇ ਪਰਿਵਾਰ ਨੇ ਜਿਹੜੇ ਉੱਥੇ ਚਲੇ ਗਏ, ਇੱਥੇ ਉਹਨਾਂ ਦੀ ਸਾਂਭ ਸੰਭਾਲ। ਉਹ ਤਾਂ ਚਲੋ ਇਹ ਹੈ ਵੀ ਸਿੱਖ ਇੱਕ ਦੂਜੇ ਦੇ ਹੱਥਾਂ ਵੱਲ ਨਹੀਂ ਵਹਿੰਦਾ, ਉਹ ਤੇ ਕਿਰਤ ਕਰਨੀ ਜਾਣਦੇ ਨੇ, ਪਰ ਜੇ ਉਹਨਾਂ ਦੇ ਪੈਰ ਨਹੀਂ ਲੱਗੇ ਇੱਥੇ ਕਿ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਸੰਭਾਲ ਨਹੀਂ ਸੀ ਸਕਦੀ ਆਪਣੇ ਅਦਾਰਿਆਂ ਦੇ ਵਿੱਚ, ਕੋਈ ਉਹਨਾਂ ਦੇ ਜਾਂ ਉਹਨਾਂ ਦੇ ਬਿਜ਼ਨਸ ਸੈੱਟ ਕਰਨ ਦੇ ਲਈ ਉਹਨਾਂ ਨੂੰ ਸਹਿਯੋਗ ਦਿੱਤਾ ਜਾ ਸਕਦਾ ਸੀਗਾ। ਸਿੱਖ ਤੇ ਅੱਗੇ ਹੀ ਇਸ ਪੰਜਾਬ ਨੂੰ ਜਾਂ ਭਾਰਤ ਨੂੰ ਛੱਡ ਕੇ ਪੰਜਾਬੀ ਜਿਹੜੇ ਨੇ ਉਹ ਮੂਵ ਹੁੰਦੇ ਜਾ ਰਹੇ ਨੇ, ਤਾਂ ਇਹ ਸਵਾਲ ਵੀ ਬਹੁਤ ਵੱਡੇ ਖੜੇ ਹੁੰਦੇ ਨੇ ਕਿ ਕਿੱਥੇ ਗਿਆ ਇਹਨਾਂ ਦਾ ਸ਼੍ਰੋਮਣੀ ਕਮੇਟੀ ਜਾਂ ਜਿਹੜੇ ਪੰਥਕ ਅਕਾਲੀ ਦਲ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਸਿੱਖਾਂ ਦੇ ਧਿਰ ਹਾਂ। ਇਹ ਨਾ ਵੀ ਆਪਾਂ ਗਿਲਾ ਤਾਂ ਕਰੀਏ ਨਾ ਅਫਗਾਨਿਸਤਾਨ ਵਾਲਿਆਂ ਦਾ, ਜੇ ਇਹਨਾਂ ਨੇ 84 ਦੀ ਪੀੜਾ ਵਾਲੇ ਬੰਦੇ ਸਾਂਭੇ ਹੋਣ, ਅੱਜ ਤੱਕ ਉਹਨਾਂ ਨੂੰ ਤਾਂ ਸਾਂਭਿਆ ਨੀ ਕਿਸੇ ਨੂੰ ਇਹਨਾਂ ਨੇ, ਸਾਨੂੰ ਤਾਂ ਸਾਡੇ ਵਰਗਿਆਂ ਨੂੰ ਤਾਂ ਕਦੀ ਅੱਜ ਤੱਕ SGPC ਮਿਲੀ ਹੀ ਨੀ ਹੈਗੀ। ਜਿਹੜੇ ਦਿੱਲੀ ਚ ਬੈਠੇ ਆ ਕਤਲੇਆਮ ਦੇ ਪੀੜਤ ਰਹੇ, ਉਹਨਾਂ ਨੂੰ ਕੀ ਵਿਧਵਾ ਕਲੋਨੀਆਂ ਨੂੰ ਦੁਬਾਰਾ ਵਸਾਤਾ? ਕਿੰਨਾ ਚਿਰ ਇਹਨਾਂ ਦੀ ਪਾਰਟੀ ਦੀ ਹੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਵਿੱਚ ਪੂਰੀ ਰਹੀ ਹੈ ਚੌਧਰ? ਬਿਲਕੁਲ। ਹਜੇ ਵੀ ਉਹ ਕੇਸ ਉਹਨਾਂ ਦੇ ਉਵੇਂ ਲਮਕਦੇ ਹੈਗੇ ਆ। ਮਤਲਬ ਕਿ ਆਪਾਂ ਦੇਖਦੇ ਹਾਂ ਵੀ ਉਹ ਕੇਸਾਂ ਦਾ ਵੀ ਅੱਜ ਤੱਕ ਤਾਂ ਜਗਦੀਸ਼ ਟਾਈਟਲਰ ਵਰਗੇ ਨੂੰ ਆਪਾਂ ਇੱਕ ਦਿਨ ਥਾਣੇ ਦੇ ਵਿੱਚ ਲਿਆ ਨਹੀਂ ਸਕੇਗੀ, ਨਾ ਕੋਈ ਇਸ ਤਰ੍ਹਾਂ ਮਜਬੂਰ ਕਰ ਸਕਿਆ ਕਿ ਉਹਨਾਂ ਨੂੰ ਲੌਫਲੀ ਆਪਣਾ ਫੇਸ ਕਰਨਾ ਪਵੇ ਕੋਈ ਟ੍ਰਾਇਲ। ਹਜੇ ਤੱਕ ਉਹ ਕੇਸ ਨੂੰ ਲਮਕਾਈ ਜਾ ਰਹੇ ਨੇ। ਮਤਲਬ ਕਿ ਇਹ ਆਪਣੀ ਸ਼ੋਅ ਕਰਦੀ ਹੈ ਨਾ ਕਿ ਜਦੋਂ ਇਹ ਇੰਨਾ ਚਿਰ ਭਾਈਵਾਲ ਸਰਕਾਰਾਂ ਚ ਰਹੇ ਨੇ, ਜੇ ਕਹਿੰਦੇ ਵੀ ਅਸੀਂ SIT ਨਵੀਂ ਬਣਾਈ, ਉਹ SIT ਦੇ 3 ਮੈਂਬਰ ਤਾਂ ਕਦੇ ਪੂਰੇ ਹੀ ਨਹੀਂ ਹੋਏ, ਤੇ ਨਾਲੇ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਤਾਂ ਐਵੀਡੈਂਸ ਹੀ ਹੈ ਨਹੀਂ। ਪਰ ਇਹ ਤਾਂ ਪਾਵਰ ਚ ਹੈਗੇ ਆ, 96 ਦੇ ਪਾਵਰ ਚ ਨੇ। ਉਸ ਤੋਂ ਬਾਅਦ 2-3 ਵਾਰ ਤਾਂ ਵਾਜਪਾਈ ਗਵਰਨਮੈਂਟ ਬਣੀ ਹੈਗੀ ਆ, ਭਾਵੇਂ ਇੱਕ 13 ਦਿਨ ਦੀ ਬਣੀ, ਇੱਕ 13 ਮਹੀਨਿਆਂ ਦੀ ਬਣੀ, ਇੱਕ ਵਾਰੀ ਪੂਰੇ 5 ਸਾਲ ਦੀ ਬਣੀ। ਉਸ ਤੋਂ ਬਾਅਦ ਆਹ ਜਿਹੜੀ ਸਰਕਾਰ ਦੇ ਵਿੱਚ 8 ਸਾਲ ਰਹੇ ਆ ਇਹ ਭਾਈਵਾਲ। ਇਹ ਚੀਜ਼ਾਂ ਆਪਾਂ ਕਿਉਂ ਵਾਰ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਕਰਦੇ? ਕਿਉਂਕਿ ਹੋਰ ਸਿੱਖ ਕੌਮ ਗਿਲਾ ਕਰੇਗੀ ਤੇ ਕਰੇ ਕਾਂਗਰਸ ਤੇ ਕਰੇ। ਬਿਲਕੁਲ ਸਹੀ ਗੱਲ। ਆਪਾਂ ਗੱਲ ਕਰਦੇ ਹਾਂ ਅਫਗਾਨਿਸਤਾਨ ਦੀ ਆ, ਉਹ ਤਾਂ ਸਕੈਂਡਰੀ। ਜਦੋਂ ਸੁਖਬੀਰ ਸਿੰਘ ਬਾਦਲ ਉਹਨੇ ਗੱਲ ਕਰਦੇ ਨੇ ਮੁਸਲਮਾਨਾਂ ਵਾਲੀ, ਕਿ ਇਹਨਾਂ ਨੇ ਜਦੋਂ ਸਿਟੀਜ਼ਨ ਅਮੈਂਡਮੈਂਟ ਐਕਟ ਆਇਆ ਉਹਦੇ ਖਿਲਾਫ਼ ਬੋਲੇ, ਜਿਸ ਦਿਨ ਬਾਬਰੀ ਮਸਜਿਦ ਢਹੀ ਸੀਗੀ 1992 6 ਦਸੰਬਰ 1992 ਨੂੰ, ਕੀ ਕੋਈ ਅਕਾਲੀ ਦਲ ਨੇ ਉਸਦੇ ਉਲਟ ਬਿਆਨ ਦਿੱਤਾ ਸੀਗਾ? ਨਹੀਂ ਦਿੱਤਾ। ਜਦੋਂ ਕਸ਼ਮੀਰ ਨੂੰ ਸਟੇਟਹੁੱਡ ਤੋੜੀ ਗਈ, ਉਹਨਾਂ ਦੀ 370 ਧਾਰਾ ਭੰਨੀ ਗਈ, ਇਹਨਾਂ ਨੇ ਫਲੋਰ ਆਫ ਦੀ ਹਾਊਸ ਇਨ ਦਾ ਇੰਡੀਅਨ ਪਾਰਲੀਮੈਂਟ ਸਰ ਸੁਖਬੀਰ ਸਿੰਘ ਬਾਦਲ ਨੇ ਉਹਦੇ ਹੱਕ ਚ ਹਮਾਇਤ ਕੀਤੀ ਸੀਗੀ ਭਾਰਤੀ ਜਨਤਾ ਪਾਰਟੀ ਦੇ ਡਿਸੀਜ਼ਨ ਦੀ, ਤੇ ਕੀ ਇਹ ਉਸ ਚੀਜ਼ ਨੂੰ ਹੁਣ ਵਾਪਸ ਲੈਣਗੇ ਜਾਂ ਸਿਟੀਜ਼ਨ ਅਮੈਂਡਮੈਂਟ ਐਕਟ ਦੇ ਖਿਲਾਫ਼ ਬੋਲਣਗੇ ਇਹ, ਜਿਹੜਾ ਕਿ ਡਾਇਰੈਕਟਲੀ ਟਾਰਗੇਟ ਕਰਦਾ ਮੁਸਲਿਮਸ ਨੂੰ?
ਕਿ ਇਹ ਚੀਜ਼ਾਂ ਵੀ ਆਪਾਂ ਨੂੰ ਦੇਖਣੀਆਂ ਪੈਣੀਆਂ ਨਾ। ਬਿਲਕੁਲ ਸਹੀ ਗੱਲ ਗਿੱਲ ਸਾਹਿਬ, ਇਹ ਵੀ ਗੱਲ ਹੈ ਨਾ ਕਿ ਜਦੋਂ ਪੁਲਿਸ ਨੂੰ ਤਾਕਤਾਂ ਦੇਣ ਦੀ ਗੱਲ ਆਉਂਦੀ ਹੈ, ਪਿਛਲੇ ਦਿਨ ਜਿਹੜੇ ਕਾਨੂੰਨ ਜਿਸ ਤਰੀਕੇ ਦੇ ਨਾਲ ਉਹਨਾਂ 'ਚ ਤਬਦੀਲੀ ਕੀਤੀ ਗਈ ਉਹਦੇ ਉੱਤੇ ਵੀ ਓਵੈਸੀ ਹੋਰਾਂ ਨੇ ਜ਼ਿਕਰ ਕੀਤਾ ਸੀਗਾ ਕਿ ਇਹਦੇ ਨਾਲ ਜੱਲਾਦ ਜਿਊਰੀ ਉਹ ਸਾਰਾ ਕੁਛ, ਉਹ ਕਹਿੰਦੇ ਪੁਲਿਸ ਦੇ ਹੱਥ ਤਾਕਤਾਂ ਦੇਣ ਵਾਲੀ ਗੱਲ ਹੈ ਕਿ ਤੁਸੀਂ ਉਸ ਪਾਸੇ ਵੱਲ ਨੂੰ ਮੁਲਕ ਨੂੰ ਤੋਰ ਰਹੇ ਹੋ ਜਾਂ ਸੂਬਿਆਂ ਨੂੰ ਤੋਰ ਰਹੇ ਹੋ। ਮੇਰੇ ਧਿਆਨ 'ਚ ਨਾ, ਮੈਂ ਇਹ ਆਖਰੀ ਸਵਾਲ ਵਜੋਂ ਲਵਾਂਗਾ, ਜੇ ਤੁਹਾਡੇ ਮਨ 'ਚ ਕੋਈ ਹੋਰ ਹੋਇਆ ਤੁਸੀਂ ਅੱਗੇ ਉਹਨੂੰ ਵਧਾ ਸਕਦੇ ਹੋ, ਕਿ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਜਿਹੜੀ ਜ਼ਮਾਨਤ ਅਰਜ਼ੀ ਨੂੰ ਰੱਦ ਕੀਤਾ ਗਿਆ ਹਾਈਕੋਰਟ ਦੇ ਵੱਲੋਂ, ਉੱਥੇ ਜਿਹੜਾ ਸੂਬਾ ਸਰਕਾਰ ਦਾ ਪੱਖ ਸੀਗਾ ਉਹ ਕਾਫੀ ਅਹਿਮ ਮੰਨਿਆ ਜਾਂਦਾ। ਉਹ ਪੁਆਇੰਟ ਮੈਂ ਪੜ੍ਹ ਰਿਹਾ ਸੀਗਾ ਕਿ ਉਹਦੇ ਵਿੱਚ ਸੂਬਾ ਸਰਕਾਰ ਨੇ ਇਸ ਗੱਲ ਦਾ ਜੋ ਪੰਜਾਬ ਸਰਕਾਰ ਨੇ ਜ਼ਿਕਰ ਕੀਤਾ ਕਿ ਇਹ ਬੰਦੇ ਜਿਹੜੇ ਅੰਮ੍ਰਿਤਪਾਲ ਦੇ ਸਾਥੀ ਨੇ ਇਹਨਾਂ ਨੇ ਮਤਲਬ ਕਿ ਉਸ ਜਿਹੜਾ ਅਜਨਾਲਾ ਥਾਣੇ ਵਾਲਾ ਕਾਂਡ ਹੋਇਆ ਸੀਗਾ ਉਹਦੇ ਵਿੱਚ ਸ਼ਾਮਿਲ ਸੀ, ਅੰਮ੍ਰਿਤਪਾਲ ਦੇ ਨਾਲ ਸੀ। ਉਹ ਕਹਿੰਦੇ ਕਿ ਭੜਕਾਊ ਬਿਆਨ ਜਿਸ ਤਰੀਕੇ ਨਾਲ ਅੰਮ੍ਰਿਤਪਾਲ ਨੇ ਦਿੱਤੇ ਤਾਂ ਉਹਦੇ ਨਾਲ ਕਹਿੰਦੇ ਪੰਜਾਬ ਦਾ ਮਾਹੌਲ ਵਿਗੜਿਆ ਤੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਗਿਆ। ਫਿਰ ਉਹ ਕਹਿੰਦੇ ਮਾਨਵੀ ਬੰਬ ਜਿਹੜਾ ਦਿਲਾਵਰ ਸਿੰਘ ਸੀਗਾ ਉਹਦੀ ਕਾਰਵਾਈ ਤੇ ਉਹਦੇ ਸਿੱਟਿਆਂ ਵਜੋਂ ਲੋਕਤੰਤਰੀ ਰੂਪ ਦੇ ਨਾਲ ਚੁਣੇ ਮੁੱਖ ਮੰਤਰੀ ਦੀ ਹੱਤਿਆ ਨੂੰ ਇਹਨਾਂ ਨੇ ਸਹੀ ਠਹਿਰਾਇਆ ਸੀਗਾ। ਫਿਰ ਉਹ ਕਹਿੰਦੇ ਕਿ ਇਹਨਾਂ ਤੋਂ ਹਥਿਆਰ ਤੇ ਹੋਰ ਸੰਬੰਧਿਤ ਸਮੱਗਰੀ ਜਿਹੜੀ ਹੈ ਬਰਾਮਦ ਹੋਈ ਹੈ ਉਹਦਾ ਹਵਾਲਾ ਵੀ ਦਿੱਤਾ ਤੇ ਉਸ ਤੋਂ ਬਾਅਦ ਇਸ ਪਟੀਸ਼ਨ ਨੂੰ ਜਿਹੜਾ ਉਹ ਖਾਰਜ ਕਰ ਦਿੱਤਾ ਹਾਈਕੋਰਟ ਨੇ, ਇਹ ਕਹਿ ਕੇ ਕਿ ਅਜਨਾਲਾ ਜਿਹੜਾ ਉਹ ਕਾਂਡ ਹੈ ਉਹਦੀ ਮੁਕੰਮਲ ਜਾਂਚ ਜਿਹੜੀ ਹੈ ਉਹ ਸਮਾਂਬੱਧ ਸੀਮਾ ਦੇ ਵਿੱਚ ਜਾਂ ਛੇਤੀ ਤੋਂ ਛੇਤੀ ਜਿਹੜੀ ਮੁਕੰਮਲ ਹੋਣੀ ਚਾਹੀਦੀ ਹੈ। ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ, ਇੱਕ ਤਾਂ ਪੁਲਿਸ ਦੀਆਂ ਤਾਕਤਾਂ ਦੇ ਉੱਤੇ, ਦੂਜਾ ਸਟੇਟ ਦੀ ਤਾਕਤ ਦੇ ਉੱਤੇ ਕਿ ਉਹ ਕਿਸ ਕਿਸਮ ਦੇ ਨਾਲ ਕਿਸੇ ਵੀ ਮਤਲਬ ਕਿ ਅੰਦੋਲਨ ਨੂੰ ਜਾਂ ਕਿਸੇ ਵੀ ਆਵਾਜ਼ ਨੂੰ ਦਬਾਉਣ ਦੀ ਗੱਲ ਹੈ, ਜਾਂ ਇਹ ਕਹਿੰਦੇ ਨੇ ਕਿ ਅਸੀਂ ਤਾਂ ਨੌਜਵਾਨਾਂ ਨੂੰ ਗੁੰਮਰਾਹ ਨਹੀਂ ਸੀ ਕਰ ਰਹੇ, ਤਾਂ ਇਹ ਆਪਣੇ ਆਪ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਬੰਦੀ ਸਿੰਘਾਂ ਵਾਂਗੂ ਇੱਕ ਵੱਡਾ ਕੇਸ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤੇ ਇਹਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਸਰਕਾਰ ਦੇ ਉੱਤੇ ਕੀ ਸਵਾਲ ਨਹੀਂ ਖੜੇ ਹੋਣਗੇ ਕਿ NSA ਲੱਗਣਾ ਜਾਂ ਜੁਆਪਾ ਦੀਆਂ ਗੱਲਾਂ ਜਾਂ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਣਾ? ਨਹੀਂ, ਇਹ ਬਿਲਕੁਲ ਸਵਾਲ ਖੜੇ ਕਰਦਾ ਹੈਗਾ। ਬਿਲਕੁਲ, ਜਿਹੜਾ ਸਰਕਾਰ ਨੇ ਇਹਨਾਂ ਨੇ ਗੱਲ ਵਧਾ ਕੇ ਦੱਸੀ ਹੈਗੀ ਹੈ, ਉੱਥੇ ਜੇ ਪੁਲਿਸ ਨੇ ਸਕੰਬ ਕੀਤਾ ਹੈਗਾ ਇੱਕ ਪ੍ਰੈਸ਼ਰ ਥੱਲੇ, ਤਾਂ ਉਹ ਇੱਕ ਇਹਨਾਂ ਦੀ ਸੋਚੀ ਸਮਝੀ ਹੋਈ ਸਾਜਿਸ਼ ਸੀਗੀ। ਇਹਨਾਂ ਨੇ ਕਿਉਂ ਉਹਨਾਂ ਨੂੰ ਐਂਟੀਸਪੇਟ ਨਹੀਂ ਕੀਤਾ ਕਿ ਇੱਥੇ ਇੰਨਾ ਵੱਡਾ ਇਕੱਠ ਹੋ ਸਕਦਾ, ਪਰ ਉਸ ਤੋਂ ਵੀ ਵੱਡਾ ਸੀਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਲਈ ਗਈ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈਂਦੇ ਹਾਂ, ਅਸੀਂ ਉਹਨਾਂ ਦੀ ਸ਼ੀਲਡ ਪ੍ਰੋਟੈਕਸ਼ਨ ਨਹੀਂ ਨਾ ਲੈਂਦੇ ਉਸ ਚੀਜ਼ ਬਾਰੇ ਵੀ। ਤਾਂ ਮੈਂ ਤਾਂ ਸਰਕਾਰ ਨੂੰ ਗਿਲਟੀ ਮੰਨਦਾ ਜ਼ਿਆਦਾ। ਇੱਕ ਜਿਹੜਾ ਹੁਣ ਤੱਕ ਦੇਖੋ ਤੁਸੀਂ ਉਹ ਰਿਪੋਰਟ ਸਬਮਿਟ ਹੋਈ ਸੀ ਐਕਸਪਰਟਸ ਪੈਨਲ ਦੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜਦੋਂ ਗਿਆ, ਨਹੀਂ ਹਰਪ੍ਰੀਤ ਸਿੰਘ ਜਥੇਦਾਰ ਸੀ, ਉਹ ਅੱਜ ਤੱਕ ਉਹਦੀ ਮੁੜ ਕੇ ਦੱਸਿਆ ਹੀ ਨਹੀਂ ਗਿਆ ਵੀ ਉਹ ਰਿਪੋਰਟ ਹੈ ਕੀ ਆ ਤੇ ਉਹ ਕੀ ਆਪਾਂ ਨੂੰ ਡਿਫਾਈਨ ਕਰਦੀ ਹੈਗੀ ਆ ਇਸ ਤਰ੍ਹਾਂ ਦੇ ਇੰਸੀਡੈਂਟਸ ਬਾਰੇ, ਵੀ ਕੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਓਟ ਵਜੋਂ ਵਰਤ ਸਕਦੇ ਹਾਂ। ਬਲਕਿ ਤੇ ਦੂਸਰਾ ਜਿਹੜਾ ਹਾਈ ਕੋਰਟ ਨੇ ਟਿੱਪਣੀ ਕੀਤੀ ਆ ਨਾ ਮੇਨ, ਉਹਨਾਂ ਨੇ ਇਹ ਕੀਤਾ ਹੈਗਾ ਕਿ ਇਹ ਜਿਹੜਾ ਐਕਟ ਸੀਗਾ ਅਜਨਾਲੇ ਵਾਲਾ ਇਹ ਬਹੁਤ ਹੀ ਜ਼ਿਆਦਾ ਸੀਗਾ, ਮਤਲਬ ਕਿ ਜਿਹੜਾ ਕਿ ਬਹੁਤ ਪੈਨਿਕ ਕ੍ਰੀਏਟ ਕਰਨ ਵਾਲਾ ਹੈਗਾ, ਤੇ ਇਹਦੇ ਨਾਲ ਜਿਹੜਾ ਸਕਿਉਰਿਟੀ ਫੋਰਸਿਸ ਨੇ ਉਹਨਾਂ ਦੇ ਜਿਹੜੇ ਹੈਗੀ ਆ ਉਹਨਾਂ ਦੇ ਮਤਲਬ ਕਿ ਮਰੈਲ ਨੂੰ ਇਹ ਹਿੱਟ ਕਰਦਾ ਹੈਗਾ। ਸੋ ਇਸ ਕਰਕੇ ਉਹਨਾਂ ਨੇ ਤਾਂ ਜ਼ਮਾਨਤ ਜਿਹੜੀ ਆ ਉਹ ਕੈਂਸਲ ਕੀਤੀ ਹੈਗੀ ਆ, ਵੀ ਉਹ ਜ਼ਮਾਨਤ ਦੇਣ ਤੋਂ ਨਾ ਕੀਤੀ ਹੈਗੀ ਆ। ਬਿਲਕੁਲ,
ਇੱਕ ਇਸ ਅੱਗੇ ਅੱਗੇ ਜਾ ਕੇ ਕੀ ਰੰਗ ਲਿਆਉਂਦਾ ਜਾਂ 2024 ਤੋਂ ਪਹਿਲਾਂ ਕੀ ਅੰਮ੍ਰਿਤਪਾਲ ਬਾਹਰ ਆਉਂਦਾ ਤੇ ਉਹਦੇ ਦੌਰਾਨ ਕਿਹੋ ਜਿਹੜੇ ਮਤਲਬ ਕਿ ਪੰਜਾਬ ਦੇ ਵਿੱਚ ਹਾਲਾਤ ਦੇਖਣ ਨੂੰ ਮਿਲਦੇ ਨੇ, ਕੀ ਵਾਕਈ ਹਾਲਾਤ ਵਿਗੜਦੇ ਨੇ ਜਾਂ ਨਹੀਂ, ਜਾਂ ਇਹ ਕਿਸ ਤਰੀਕੇ ਦੇ ਨਾਲ ਜਿਹੜੀ ਆ ਉਹ ਸਟੇਟ ਸਾਬਤ ਕਰੇਗੀ ਕਿ ਵਾਕਈ ਅੰਮ੍ਰਿਤਪਾਲ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਸੀਗਾ, ਇਹ ਬੜਾ ਦੇਖਣਾ ਦਿਲਚਸਪ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ। ਵਿਚਾਰ ਕਮੈਂਟ ਜ਼ਰੂਰ ਕਰਿਓ, ਤਾਂ ਕਿ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ। ਗਿੱਲ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਸੋ ਮਚ ਸਿਕੰਦਰ।